ਲੈ ਆ ਦੇਖ ਲਾ ਹੁਣ ਕਰਨਾ ਪੈ ਗਿਆ ਨਾ ਗੋਹਾ ਕੂੜਾ। ਇਹ ਫੌਜੀ ਦੀ ਕਾਰੇ ਆ ਸਾਰੇ, ਜੇ ਮੈਨੂੰ ਫੌਜੀ ਨਾਲ ਲੈ ਜਾਂਦਾ ਅੱਜ ਮੈਂ ਗੋਹਾ ਕੂੜਾ ਕਰਦੀ। ਜਿਹਨੇ ਐਵੇਂ ਕਿਹਾ ਨਾਲ ਮਹਾਂ ਤੂੰ ਨਾਲ ਮੈਨੂੰ ਲੈ ਲਾ, ਉੱਥੇ ਕੁਆਟਰ ਲੈ ਲਈ, ਵਧੀਆ ਮੌਜਾਂ ਮਾਣੂਗੀ। ਮੈਨੂੰ ਤਾਂ ਐਂ ਸੀ ਮੈਂ ਚੱਲ ਹੈਡ ਮਾਸਟਰ ਨੀ ਲੱਗ ਜੂ, ਕਿੱਥੇ ਕਰਮਾਂ ਚ ਗੋਹਾ ਕੂੜਾ ਹੀ ਆ, ਸਾਰੀ ਉਮਰ ਹੀ ਗੋਹੇ ਕੂੜੇ ਚ ਲੰਘ ਗਈ। ਇਹੀ ਧੰਦਾ ਰਹਿ ਗਿਆ ਸੀ ਬਸ ਕਰਨ ਵਾਲਾ, ਹੋਰ ਤਾਂ ਸਾਰੇ ਹੋ ਗਏ ਸੀਗੇ। ਫਿਰ ਇੱਥੇ ਆਈ, ਇਹਨਾਂ ਨੂੰ ਪੁੱਛਿਆ ਕਿ ਵੀ ਭਾਈ ਮੈਨੂੰ ਹੈਡ ਮਾਸਟਰੀ ਦਵਾ ਦਿਓ, ਪੇਪਰ ਦਵਾ ਦਿਓ। ਇਹਨਾਂ ਨੇ ਨੀ ਮੇਰੇ ਬਾਰੇ ਸੋਚਿਆ, ਉਹ ਕਿਤਾਬ ਫੜ ਲਈ, ਫੋਨ ਫੜ ਲਿਆ, ਕੁਛ ਵੀ ਨੀ। ਵੀਰੇ ਨੇ ਕਿਹੜਾ ਸੋਚਿਆ, ਜੇ ਫੌਜੀ ਨੇ ਨੀ ਸੋਚਿਆ ਵੀਰੇ ਨੇ ਵੀ ਨੀ ਸੋਚਿਆ ਹੈਗਾ ਗਾ। ਮੈਨੂੰ ਤਾਂ ਗੋਹੇ ਕੂੜੇ ਜੋ ਕਰੀ, ਜੇ ਚਾਚੇ ਕੇ ਮਗਰ ਲੱਗੀ ਬੂਹ ਕੀ ਖੜਾ ਸੀ। ਮੈਂ ਨਾ ਹੀ ਜਾਇਆ ਕਰਦੀ ਉਸ ਚਾਚੇ ਕੇ ਘਰੇ, ਆ ਚਾਚੇ ਕੇ ਪੈਰੋਂ ਇੰਨਾ ਸਿਆਪਾ ਹੋਇਆ, ਉਹਨਾਂ ਦੀ ਉਂਗਲਾਂ ਤੇ ਚੜੀ। ਮੈਨੂੰ ਕੀ ਲੋੜ ਸੀ ਜਾਣ ਦੀ, ਧੱਕੇ ਖਾਣ ਦੀ ਉਹਨਾਂ ਦੇ ਘਰੇ ਨੇ। ਮੈਨੂੰ ਪਤਾ ਸੀਗਾ ਵੀ ਇੰਨੀਆਂ ਕੀਤੀਆਂ ਉਹਨਾਂ ਨੇ ਮੇਰੇ ਨਾਲ। ਆ ਦੇਖ ਲੈ ਇੱਥੋਂ ਤੱਕ ਮੈਨੂੰ ਚਾਚੇ ਕਹਿਣੇ ਪਹੁੰਚਾਤਾ, ਕੀ ਕੰਮ ਨੀ ਕੀਤਾ ਚਾਚੇ ਕਹਿਣੇ। ਮੇਰੇ ਨਾਲ ਤਾਂ ਪੂਰੀ ਪੁਰਾਣੀ ਕੋਈ ਦੁਸ਼ਮਣੀ ਕੱਢੀ, ਗੋਹੇ ਕੂੜੇ ਜੋਗਰੀ ਲਾਤਾ। ਮੇਰੇ ਤਾਂ ਕਿੱਡੇ ਕਿੱਡੇ ਸੁਪਨੇ ਸੀਗੇ ਵੀ ਮੈਂ ਹੈਡ ਮਾਸਟਰ ਨਹੀਂ ਬਣਾ, ਮੇਰੇ ਤਾਂ ਸਾਰੇ ਮਿੱਟੀ 'ਚ ਰੁਲ ਗਏ। ਹੁਣ ਨਹੀਂ ਲੱਗਦਾ ਵੀ ਮੈਂ ਹੈਡ ਮਾਸਟਰ ਨਹੀਂ ਬਣ ਜੂ, ਮੈਂ ਤਾਂ ਗੋਹੇ ਕੂੜੇ ਜੋਗਰ ਵੀ ਰਹੇਗੀ। ਬਸ ਸੁਪਨਾ ਸੀ ਜਿਹੜਾ ਉਹ ਤਾਂ ਢਹਿ ਗਿਆ ਸਾਰਾ। ਕੀ ਪਤਾ ਸੀ ਵੀ ਇੰਨਾ ਇੰਨਾ ਕੁਛ ਹੋ ਜੂਗਾ। ਮੈਂ ਤਾਂ ਵੀਰੇ ਨੂੰ ਵੀ ਆਪਦਾ ਭਰਾ ਮੰਨਿਆ ਸੀ, ਕਿੰਨਾ ਕੰਮ ਕੀਤਾ ਦੇਖ ਲਾ ਵੀਰੇ ਦੇ ਘਰੇ। ਵੀਰੇ ਵੀ ਨੇ ਮੇਰੇ ਬਾਰੇ ਕੁਛ ਨਹੀਂ ਸੋਚਿਆ ਹੈਗਾ ਗਾ, ਜੇ ਉਹ ਸੋਚਦਾ, ਫੌਜੀ ਨੇ ਤਾਂ ਨਹੀਂ ਸੋਚਿਆ, ਉਹ ਸੋਚ ਲੈਂਦਾ, ਵੀਰਾ ਸੋਚ ਲੈਂਦਾ ਵੀ ਮੈਂ ਇਹਨੂੰ ਹੈਡ ਮਾਸਟਰ ਨਹੀਂ ਲਾਵਾਂ। ਹੈਡ ਮਾਸਟਰ ਨਹੀਂ ਕਿੱਥੇ ਹੋਣਾ, ਵੀਰਾ ਤਾਂ ਭਾਬੀ ਦੇ ਮਗਰ ਲੱਗ ਲਿਆ, ਇੱਥੋਂ ਤੱਕ ਬਚਾਤਾ ਮੈਨੂੰ ਤਾਂ ਭਾਬੀ ਨੇ ਦੇਖ ਲਾ, ਕਿੰਨੀ ਉਹਦੀ ਭੈਣਾਂ ਵਾਂਗੂ ਸਮਝਿਆ ਸੀ ਉਹਨੂੰ। ਮਾਂ ਹੁੰਦੀ ਅੱਜ ਆਹ ਗੋਹਾ ਕੂੜਾ ਕਰਨ ਦਿੰਦੀ, ਮੈਂ ਤਾਂ ਮੌਜਾਂ ਮਾਣਦੀ ਜੇ ਉਹਦੇ ਨਾਲ ਫੌਜੀ ਨਾਲ ਜਾ ਵੜੇਂਦੀ। ਚੱਲ ਕੋਈ ਨੀ, ਹੁਣ ਗੋਹਾ ਕੂੜਾ ਹੀ ਕਰਨਾ ਪਊ ਇਹਨਾਂ ਦਾ। ਕਿੱਥੇ ਸਾਡੀ ਹੈਡ ਮਾਸਟਰ ਨੀ ਦਿਖਦੀ, ਨੀ ਮੈਨੂੰ ਕਿਤੇ ਅੱਜ, ਨਾ ਬਾਥਰੂਮ ਆ ਕੋਲੇ ਕੋਈ ਕੱਪੜਾ ਲੀੜਾ ਧੋਂਦੀ ਐ, ਨਾ ਰਸੋਈ ਚ ਐ। ਇਹ ਹੈਡ ਮਾਸਟਰ ਨੀ ਬਾ ਕਿੱਧਰ ਗਈ, ਬਾੜੀ ਚ ਵੀ ਹੈ ਨੀ, ਕਿਤੇ ਵੀ ਨੀ। ਅੱਜ ਤਾਂ ਮੈਨੂੰ ਕਦੋਂ ਦੀ ਦਿਖੀ ਨੀ, ਮੈਂ ਨਹਾ ਕੇ ਵੀ ਆਈ, ਤਿਆਰ ਵੀ ਹੋ ਗਈ, ਆਪਦੀ ਰੋਟੀ ਬਣਾ ਕੇ ਵੀ ਖਾ ਲਈ, ਗਈ ਕਿੱਧਰ, ਕਿਤੇ ਚਾਚੇ ਘਰੇ ਤਾਂ ਨੀ ਟੱਪ ਗਈ, ਮੈਨੂੰ ਬਿਨ ਦੱਸੀ ਵਗ ਗਈ ਹੋਵੇ। ਕਿਹੜਾ ਐਂ ਕਰਦੀ ਆ, ਇੱਧਰ ਮੱਝਾਂ ਕੰਨੀ ਦੇਖਦੀ ਆ ਕਿ ਇੱਧਰ ਕੋਈ ਕੰਮ ਧੰਦਾ ਰਹਿੰਦਾ ਹੋਵੇ। ਹੁਣ ਤਾਂ ਉਦੋਂ ਕਹਿੰਦੀ ਸੀ ਮੈਨੂੰ ਮੇੜ ਤਾਂ ਕਿ ਆਪਾਂ ਕੋਈ ਕੰਮ ਕਰਦੀ ਹੋਵੇ ਦੇਖਦੀ ਆ। ਲੈ ਮੈਂ ਤਾਂ ਸੈਟ ਹੀ ਆਵਾਂ ਇੱਕ ਬੱਠਲ ਜਿਹੜਾ ਹੈਗਾ। ਅੱਛਾ ਹੈਡ ਮਾਸਟਰ ਨੀ ਤਾਂ ਇੱਧਰ ਫਿਰਦੀ ਆ ਬੱਠਲ ਚੱਕੀ, ਮੈਂ ਸਾਰੇ ਭਾਲੀ, ਮੈਂ ਸਾਡੀ ਹੈਡ ਮਾਸਟਰ ਨੀ ਕਿੱਧਰ ਗਈ। ਕਰ ਲੈ ਜਿਹੜੇ ਮਜ਼ਾਕ ਭਾਬੀ ਡਾਉਣੇ ਆ ਤੂੰ, ਡਾਲਾ ਕੋਈ ਨੀ। ਮੈਂ ਤਾਂ ਤੇਰਾ ਕੋਈ ਮਜ਼ਾਕ ਹੀ ਨਹੀਂ ਡਾਉਂਦੀ ਹੋਈ, ਤੂੰ ਹੀ ਕਹਿੰਦੀ ਸੀ ਮੇਰੇ, ਤੂੰ ਕਹਿੰਦੀ ਸੀ ਮੈਨੂੰ ਮੈਂ ਤਾਂ ਹੈਡ ਮਾਸਟਰ ਨਹੀਂ ਲੱਗੂੰਗੀ, ਮੈਂ ਤਾਂ ਹੁਣ ਦੇਖਣ ਆਈ ਸੀ। ਵੀਰੇ ਦੀਆਂ ਨਹੀਂ ਪੋਗਦੀਆਂ, ਹੁਣ ਤੇਰੀਆਂ ਹੀ ਚੱਲਣਗੀਆਂ। ਤੈਨੂੰ ਮੌਕੇ ਦੇਤੇ ਸੀ ਬਈ, ਕਈ ਮੌਕੇ ਦਿੱਤੇ, ਗੱਲ ਕਰ ਤੂੰ ਕਿਸੇ ਮੌਕੇ ਤੇ ਖਰੀ ਬਾਣਦਾ। ਮੈਂ ਜਾਂਦੀ ਪਰ ਤੇ ਤੂੰ ਨੀ ਮੈਨੂੰ ਬੰਨ ਦਿੱਤਾ, ਅੱਜ ਮੇਰੇ ਮਜ਼ਾਕ ਡਾਉਣੀ ਹੈਗੀ। ਮੈਂ ਮਜ਼ਾਕ ਕੀ ਡਾਉਣੀ ਆ, ਤੂੰ ਆਪ ਕਹਿੰਦੀ ਹੁੰਦੀ ਮੈਂ ਤਾਂ ਹੈਡ ਮਾਸਟਰ ਨਹੀਂ ਲੱਗਣਾ, ਜੇ ਮੈਂ ਹੈਡ ਮਾਸਟਰ ਨਹੀਂ ਕਹਿੰਦਾ ਤਾਂ ਮਜ਼ਾਕ ਹੋ ਗਿਆ ਮੇਰੇ। ਕੋਈ ਨੀ ਇਹਦੇ ਢਾਲ ਦੇ ਪਰਛਾਵੇਂ ਆ, ਜੇ ਅੱਜ ਤੇਰੇ ਤੇ ਟਾਈਮ ਨਾ, ਕੱਲ ਨੂੰ ਮੇਰੇ ਤੇ ਵੀ ਆ ਸਕਦਾ ਇਹ। ਅੱਛਾ ਅੱਛਾ, ਹੁਣ ਤੂੰ ਮੈਨੂੰ ਟਾਈਮ ਵੀ ਦਿਖਾਏਂਗੀ ਚੰਗਾ ਮਾੜਾ? ਇਹ ਚੰਗਾ ਮਾੜਾ ਹਰੇਕ ਤੇ ਆਉਂਦਾ, ਇਹ ਪਤਾ ਨੀ ਹੁੰਦਾ ਕਦੋਂ ਹੈਡ ਮਾਸਟਰ ਨਹੀਂ ਲੱਗ ਜਾਣਾ ਮੈਂ, ਤੂੰ ਕੰਮ ਕਰਨ ਲੱਗ ਜੇ। ਅਜੇ ਵੀ ਹੈਡ ਮਾਸਟਰ ਨਹੀਂ ਦੇ ਸੁਪਨੇ ਹੈਗੇ ਤੇਰੇ? ਕਿ ਮੇਰਾ ਸੁਪਨਾ ਹਜੇ ਕੀ ਟੁੱਟ ਗਿਆ, ਮੈਨੂੰ ਵੀ ਆਸ ਹੈਗੀ ਹਜੇ। ਸੁਪਨਾ ਤਾਂ ਗਗਨ ਹੁਣ ਤੇਰਾ ਟੁੱਟ ਹੀ ਗਿਆ, ਸੁਪਨਾ ਤੇਰਾ ਮੈਂ ਨਹੀਂ ਤੋੜਿਆ, ਸੁਪਨਾ ਤੇਰਾ ਚਾਚੀ ਨੇ ਤੋੜਿਆ, ਸਾਰੇ ਤੇਰੇ ਕਾਰੇ ਆ, ਪਾਪੀ ਤੇਰੇ। ਮੇਰਾ ਕੋਈ ਕਾਰਾ ਨਹੀਂ, ਮੇਰੇ ਬਾਰੇ ਬਹੁਤ ਸੋਚਿਆ। ਮੈਂ ਤੈਨੂੰ ਇੱਕ ਵਾਰੀ ਕਹਿੰਦੀ ਆ ਵੀ ਜਿਹੜਾ ਦੋਸ਼ ਦੇਣਾ ਚਾਚੀ ਨੂੰ ਦੇ। ਚਾਚੀ ਨੂੰ ਕਾਹਦਾ ਦੋਸ਼ ਦੇਵਾਂ, ਚਾਚੀ ਨੇ ਨੀ ਮੇਰਾ ਸੁਪਨਾ ਤੋੜਿਆ, ਤੇਰੇ ਪੈਰੋਂ ਹੋਇਆ, ਤੇਰੇ ਪੈਰੋਂ ਸੁਪਨਾ ਟੁੱਟਿਆ ਮੇਰਾ, ਇਹ ਸਭ ਤੇਰੇ ਕਾਰੇ ਆ। ਬਈ ਮੇਰੇ ਕੀ ਕਾਰੇ ਆ, ਚਾਚੀ ਕੀ ਕਰਾਂ, ਤੂੰ ਨਹੀਂ ਹਟੀ ਜਾਣਾ, ਚਾਚੀ ਕੋਲੇ ਚੁਗਲੀਆਂ ਕਰਨ ਤੂੰ ਗਈ, ਮੋਬਾਈਲ ਤੂੰ ਨਾ ਲੈ ਕੇ ਗਈ, ਕਿਤਾਬ ਤੂੰ ਨਾ ਲੈ ਕੇ ਗਈ, ਦੋਸਤਾਂ ਦਾ ਤੇਰਾ ਦਿੰਨੀ ਤੂੰ ਮੇਰੇ। ਮੈਂ ਚਾਚੀ ਨੇ ਮੋਬਾਈਲ ਤੇ ਕਿਤਾਬ ਖੋਈ ਸੀ? ਖੋਈ ਤਾਂ ਤੂੰ ਸੀ ਮੋਬਾਈਲ ਤੇ ਕਿਤਾਬ, ਫਿਰ ਧੜਕੇ ਤਾਂ ਘਰੀ ਗਈ ਸੀ, ਨਾਲ ਤਾਂ ਨਹੀਂ ਲੈ ਕੇ ਗਈ ਸੀ, ਪੜ੍ਹਦੀ ਤਾਂ ਨਹੀਂ ਸੀ ਉੱਥੇ। ਉਹ ਜਿਹੜੀਆਂ ਚਾਚੀ ਨੇ ਤੈਨੂੰ ਗੱਲਾਂ ਸਿਖਾਈਆਂ ਕਰ, ਪੇਪਰ ਦੇ ਉਹ ਲਿਖਿਆ ਵਿੱਚ, ਕੀ ਹੈਡ
ਹੋਊਗੀ ਕੋਈ ਨੀ, ਕੋਈ ਨੀ ਤੂੰ ਮੇਰੇ ਜਿਹੜੇ ਮਗਰ ਪੈ ਗਈ ਨਾ ਹੱਥ ਧੋ ਕੇ, ਇਹ ਮੈਂ ਤੈਨੂੰ ਦੱਸ ਕੇ ਹਟੂਗੀ, ਕੋਈ ਨੀ ਪਤਾ ਤੈਨੂੰ ਲੈ ਦੱਸ ਕੇ ਹਟੂਗੀ। ਹੁਣ ਇਦੂ ਟੱਕੀ ਦੱਸੇਗਾ ਕਿ ਗੋਏ ਰਾਤ ਬੱਠਲ ਚੱਕੀ ਫਿਰਦੀ, ਕੋਈ ਨੀ। ਮੈਂ ਕਿਹਾ ਇਹ ਦਿਨ ਵੀ ਆਇਆ ਤਾਂ ਸਾਡੇ ਫੌਜੀ ਨਾ ਹੋਇਆ ਸੀ, ਜੇ ਕਿਤੇ ਤੈਨੂੰ ਫੌਜੀ ਨਾਲ ਲੈ ਜਾਂਦਾ ਉੱਥੇ ਤਾਂ ਤੂੰ ਬਣ ਕੇ ਰਹਿੰਦੀ ਰਾਣੀ, ਬਾਈ ਤੈਨੂੰ ਨਾਲ ਨੀ ਲੈ ਕੇ ਗਿਆ। ਮੈਂ ਕਿਹਾ ਨਾ ਕੁਆਟਰ ਨਹੀਂ ਮਿਲਦਾ ਵਿਚਾਰੇ ਨੂੰ, ਨਹੀਂ ਤਾਂ ਤੂੰ ਉਹਦਾ ਵੀ ਉੱਥੇ ਬੁਰਾ ਹਾਲ ਹੀ ਰੱਖਦੀ। ਪਹਿਲਾਂ ਤਾਂ ਫੌਜੀ ਨੇ ਮਾੜਾ ਕੀਤਾ, ਫੌਜੀ ਤਾਂ ਬਾਹਲੀ ਵਧੀਆ, ਤੁਸੀਂ ਮਾੜਾ ਕੀਤਾ। ਅੱਗੋਂ ਤੁਸੀਂ ਚਾਚੇ ਕਹਿਣ ਨੂੰ ਕਹਿੰਦੇ ਆਂਗੇ, ਚਾਚੇ ਕਹਿਣ ਨੂੰ ਕਹੀਏ ਨਾ, ਫੌਜੀ ਤਾਂ ਮੌਜਾਂ ਮਾਰਦਾ, ਫੌਜੀ ਨੂੰ ਤਾਂ ਕੋਈ ਤਕਲੀਫ ਨਹੀਂ। ਮੈਂ ਤੈਨੂੰ ਦੱਸਾਂ, ਨਹੀਂ ਤਾਂ ਤੇਰਾ ਵਿਆਹ ਹੋ ਗਿਆ ਉਹਦੇ ਨਾਲ, ਤੇ ਨਾਲੇ ਉਹੀ ਗੱਲ ਤੈਨੂੰ ਲੈ ਕੇ ਨਹੀਂ ਜਾਂਦਾ। ਜੇ ਨਹੀਂ ਲੈ ਕੇ ਜਾਂਦਾ ਨਾ ਲਿਜਾਵੇ, ਜਿਹੋ ਜਿਹਾ ਉਹ ਲੈ ਕੇ ਲੈ ਤਾਂ ਬਥੇਰਾ ਜਾਂਦਾ, ਜੇ ਤੁਸੀਂ ਆਣੀ ਹੋਵੇ ਤਾਂ ਲੈ ਜਾਂਦਾ। ਜਿਹੜੀਆਂ ਤੂੰ ਬੇਅਕਲੀਆਂ ਗੱਲਾਂ ਕਰਦੀਆਂ ਨਾ, ਇਸੇ ਕਾਰਨ ਫੌਜੀ ਨਹੀਂ ਲੈ ਕੇ ਇਹਨਾਂ ਨੂੰ ਆਏ ਆ, ਵੀ ਉੱਥੇ ਕੁਆਟਰਾਂ ਚ ਕਿਤੇ ਮੇਰੀ ਨਾ ਬੇਇੱਜ਼ਤੀ ਕਰਾ ਕੇ ਰੱਖ ਦੇ। ਤਾਂ ਮੈਂ ਬੇਇੱਜ਼ਤੀ ਰੱਖੀ ਐ, ਤੂੰ ਉੱਥੇ ਕਿਸੇ ਨਾਲ ਲੜੀ ਪੈਣਾ, ਆਈ ਮੈਂ ਲੜਦੀ ਫਿਰਦੀ ਹਾਂ, ਲੜੀ ਤੇ ਜਾਂਦੀ ਮੇਰੇ ਨਾਲ, ਹੋਰ ਕਿਵੇਂ ਲੜੇਂਗਾ। ਤੂੰ ਤਾਂ ਮੇਰੇ ਨਾਲ ਕਸਾ ਬਹੁਤ ਕਤੀਤਾ ਕਰ ਗਈ ਤੂੰ, ਜੇ ਤੂੰ ਆਹ ਨਾ ਕਤੀਤਾ ਕਰਦੀ ਨਾ, ਅੱਜ ਮੇਰਾ ਸੁਪਨਾ ਪੂਰਾ ਹੋ ਜਾਂਦਾ। ਮੈਂ ਬਹੁਤ ਹੈਡ ਮਾਸਟਰ ਨਹੀਂ ਕਰ ਲਾਂ ਨੀ ਸੁਪਨੇ ਪੂਰੇ, ਐ ਕਰਾਂ ਜੇ ਸੁਪਨੇ ਪੂਰਾ ਕਰਨਾ। ਵੀਰੇ ਨੇ ਮੈਂ ਕਿਤਾਬ ਮੰਗਾਈ, ਫੋਨ ਮੰਗਾਇਆ, ਚਾਚੇ ਕੇ ਘਰੇ ਵਗ ਜਾ, ਚਾਚੇ ਕੇ ਘਰੇ ਹੋਣਗੇ ਹੁਣ ਤੇਰੇ ਸੁਪਨੇ ਪੂਰੇ। ਐ ਕਰੀ ਹੁਣ ਮੇਰੇ ਕੰਨ ਨੂੰ ਖੁੱਲੀ ਛੁੱਟੀ ਐ, ਆ ਗੋਆ ਸਿੱਟ ਕੇ ਚਾਚੇ ਦੇ ਜਾਈ, ਤਾਏ ਦੇ ਜਾਈ ਕੰਮ ਕਰੀ। ਦੇਖ ਮੈਂ ਤਾਂ ਆਪਣੇ ਦੋ ਰੋਟੀਆਂ ਬਣਾ ਕੇ ਖਾ ਲਵਾਂ, ਤੇਰੀ ਰੋਟੀ ਤੇ ਤੇਰੀ ਰੋਟੀ ਬੜਾ ਕੇ ਖਾ ਲਾ। ਜਿਵੇਂ ਤੂੰ ਮੇਰੇ ਨਾਲ ਕੀਤੀਆਂ ਹੋਵੇ ਮੈਂ ਤੇਰੇ ਨਾਲ ਕਰੂੰਗੀ। ਫੇ ਮੈਂ ਤਾਂ ਹੁਣ ਰੋਟੀ ਬਣਾ ਕੇ ਖਾਣੀ ਸੀ ਭਾਈ, ਤੂੰ ਮੈਨੂੰ ਕਿਹੜੇ ਪੂੜੇ ਦੇਣ ਲੱਗੀ ਐ, ਮੈਂ ਤਾਂ ਆਪ ਦੀ ਰੋਟੀ ਬਣਾ ਲਈ, ਨਹੀਂ ਤੇਰੇ ਵੀਰੇ ਦੀ ਬਣਾ ਦੀ ਰੋਟੀ ਬਣਾਉਣ ਵਾਲੀ ਪਿਆ ਆਟਾ ਗੁੰਨਿਆ ਪਏ, ਆਪੇ ਆਪਦਾ ਕੇ ਕਰ ਲਈ। ਮੈਂ ਤਾਂ ਆਹ ਪਿਆ ਚੱਕ ਬੱਠਣ, ਮੇਥੋਂ ਨੀ ਫਿੱਟੀ ਦਾ ਗੋਹਾ ਚੱਕ, ਮੈਂ ਤਾਂ ਜਾਨੀ ਉਧਰ ਆਰਾਮ ਕਰਦੀ ਆ, ਮੈਂ ਝੱਟ ਮਗਰ ਲਾਈ ਫਿਰਦੀ ਆ, ਮੈਨੂੰ ਦੇਖ ਲਾ ਕਹਿੰਦੀ ਸੈੱਟ ਗੋਹਾ ਬਾਰੀ ਸ਼ਾਰੇ ਕੋਈ ਆ ਪਿਆ ਬੱਠਾ ਅਕੇ ਚੱਕਾ ਬਦਾ ਬਿਲਾ, ਮੈਂ ਕਿੱਧਰ ਚੱਕਾਂ, ਮੈਂ ਤਾਂ ਜਾਨੀ ਆਦੀ ਡਿਊਟੀ ਤੇ, ਚੱਕ ਨਾ ਚੱਕਾ ਹੁਣ ਚੱਕ ਲਾ ਭਾਵੇਂ ਬਿੰਦ ਨੂੰ ਚੱਕ ਲਾ, ਚੱਕਣਾ ਤਾਂ ਗਗਨ ਤੈਨੂੰ ਹੀ ਪਊਗਾ, ਕਿਦੋਂ ਮਰਜ਼ੀ ਚੱਕ ਨੀ ਗੋਹੇ ਵਾਲਾ ਬੱਠਲ ਹੋ ਪਿਆ ਤੇਰਾ ਜਿਵੇਂ ਸੱਟ ਕੇ ਆ। ਮੇਰੀ ਗੱਲ ਸੁਣ, ਚੱਕ ਲਾ ਉਹਨੂੰ, ਮੈਂ ਨੀ ਚੱਕਦੀ ਹੈਗੀ, ਮੈਂ ਕਿਹੜਾ ਸੱਟਣਾ ਸੀ, ਸੱਟਤਾ ਬਸ, ਆ ਦੂਜੀ ਵਾਰ ਆਪਦਾ ਆ ਕੇ ਸੱਟ ਲਈ ਨਾ, ਸੱਟ ਤੇਰੇ ਭਰਾ ਗੋਹੇ ਵਾਲੀ ਗੱਲ ਬਈ, ਖੜੇ ਆ ਗਏ ਠੀਕ ਹੈ ਨਾ, ਠੀਕ ਹੈ ਜੇ ਤੇਰੇ ਹੱਥ ਖੜੇ, ਮੈਂ ਤਾਂ ਕਦੇ ਹੱਥ ਲਾਈ ਨਹੀਂ ਸੀ, ਮੈਂ ਤਾਂ ਕਿੱਦਾਂ ਨਹੀਂ ਕਰਦਾ, ਮੈਂ ਤੈਨੂੰ ਮਾਵਾ ਵਾਂਗੂ, ਮੈਂ ਤਾਂ ਗੋਹੇ ਵਾਲੀ ਰੱਖਦੀ ਸੀ ਗਗਨ, ਤੈਨੂੰ ਨਹੀਂ ਲੱਗਣ ਦਿੱਤੀ, ਕਿਉਂ ਨਹੀਂ ਲੱਗਣ ਦਿੱਤੀ, ਮੈਂ ਤੈਨੂੰ ਕਹਿੰਦੀ ਮੈਂ ਆਪੇ ਸੱਟ ਦਿਆ ਕਰੂੰ। ਵੀਰੇ ਦਾ ਮੈਂ ਕਿੰਨਾ ਕੰਮ ਕੀਤਾ ਘਰੇ, ਵੀਰੇ ਨੇ ਮੇਰਾ ਕੀ ਗੁਣ ਪਾਤਾ, ਰੋਟੀਆਂ ਪਕਾਈਆਂ ਇਹਦੀਆਂ, ਪਹਿਲਾਂ ਤਾਂ ਮੈਂ ਹੀ ਸੀ ਘਰੇ, ਤੂੰ ਤਾਂ ਮਗਰੋਂ ਹੀ ਆਈ ਸੀ। ਵੀਰੇ ਨੇ ਗੁਣ ਕੀ ਨਹੀਂ ਪਾਇਆ, ਤੂੰ ਕਹਿੰਦੀ ਮੇਰਾ 3500 ਰੁਪਇਆ ਭਰ ਦੇ, ਤੇਰਾ 3500 ਰੁਪਇਆ ਭਰਿਆ, ਤੂੰ ਕਹਿੰਦੀ ਮੈਨੂੰ ਕਿਤਾਬ ਲਿਆ ਕੇ ਦੇ ਦੇ ਵੀਰੇ, 5 ਮਿੰਟਾਂ ਚ ਤੇਰਾ ਵੀਰਾ ਮਾਨਸਾ ਗਿਆ ਖੜੇ ਪੈਰੋਂ ਦੀ, ਤੈਨੂੰ ਕਿਤਾਬ ਲਿਆ ਕੇ ਦਿੱਤੀ, ਪੜਨ ਦੇ ਲੱਛਣ ਤੇਰੇ ਆਪ ਦੇ ਨਹੀਂ, ਮੇਰੀ ਗੱਲ ਦੱਸ ਦੇ, ਤੂੰ ਕੰਮ ਕਰਾਉਂਦੀ ਹੁੰਦੀ ਸੀ ਮੈਥੋਂ, ਗਗਨ ਆ ਕਰ ਲੈ, ਗਗਨ ਉਹ ਕਰ ਲੈ, ਤੂੰ ਮੇਰੀ ਜ਼ਿੰਦਗੀ ਖਰਾਬ ਕੀਤੀ ਆ, ਵੀਰੇ ਨੇ ਨਹੀਂ ਕੀਤਾ। ਤੂੰ ਬੜੀ ਪਹਿਲੇ ਬੋਲ ਕੰਮ ਆਖੇ ਲੱਗ ਜਾਂਦੀ ਸੀ ਮੇਰੇ, ਮੈਂ ਕਰਦੀ ਗਗਨ, ਜੇ ਤੂੰ ਪਹਿਲਾਂ ਵਾਂਗੂ ਰਹਿੰਦੀ ਨਾ, ਜਿਵੇਂ ਪਹਿਲਾਂ ਸੀ, ਜਿਵੇਂ ਤੂੰ ਉਦੋਂ ਮੈਂ ਸਾਡੇ ਕਿਰਾਏ ਤੇ ਰਹਿਣ ਆਈ ਸੀ ਉਦੋਂ ਵਾਂਗੂ ਰਹਿੰਦੀ, ਤੇ ਤੂੰ ਭਲਾ ਮਾਸਟਰ ਨਹੀਂ ਛੱਡ, ਹੈਡ ਮਾਸਟਰ ਨਹੀਂ ਛੱਡ, ਮੈਂ ਤੈਨੂੰ ਉਦੋਂ ਵੀ ਵੱਡੀ ਗੱਲ ਸੁਣ ਲੈ, ਇੱਕ ਗੱਲ ਯਾਦ ਰੱਖੀ, ਤੇ ਇੱਥੋਂ ਜੇ ਨਾ ਕੰਮ ਕਰਵਾਇਆ ਨਾ, ਮੈਂ ਮੇਰਾ ਵੀ ਇਹ ਬਰੋਬਰ ਪਰਸ ਪਊਗਾ ਇੱਕ ਨਾ ਇੱਕ ਦਿਨ, ਤਾਂ ਇੱਥੋਂ ਕੰਮ ਕਰਵਾਉਂ ਸਾਰਾ, ਗੱਲ ਇਹ ਯਾਦ ਰੱਖੀ ਹੁਣ ਤੂੰ, ਲੈ ਪਾ ਲਾ ਮੈਂ ਤੈਨੂੰ ਕਦੋਂ ਆਖਿਆ ਕਰ, ਹੁਣੀ ਚੱਕ ਲਿਆ ਪਰਸ, ਅੱਜ ਪਾ ਕੇ ਮੇਰੇ ਹੈਡ ਮਾਸਟਰ ਨਹੀਂ ਬਣ ਕੇ ਫੇਰ ਪਾਉਂਗੀ, ਜਦੋਂ ਹੈਡ ਮਾਸਟਰ ਨਹੀਂ ਬਣ ਕੇ। ਇਹ ਗੱਲ ਗਲੀ ਚ ਲੋਕਾਂ ਨੂੰ ਕਰ ਪਤਾ, ਵੀ ਇਹਨਾਂ ਦੀ ਕੁੜੀ ਨੇ ਕੋਰਸ ਕਰ ਲਿਆ ਜਾਂ ਨਾ ਕਰ ਲਿਆ, ਲੋਕਾਂ ਨੂੰ ਐ ਲੱਗਣ ਲੱਗ ਜੂ ਵੀ ਗਗਨ ਤਾਂ ਹੈਡ ਮਾਸਟਰ ਨਹੀਂ ਬਣ। ਚਾਚੇ ਕਹਿਣ ਨੂੰ ਤੂੰ ਦੋਸ ਦਿੰਦੀ ਆ, ਚਾਚੇ ਕਹਿਣ ਨੂੰ ਕਿੰਨੀਆਂ ਗੱਲਾਂ ਬੋਲ ਜਾਂਦੀਆਂ ਮਿੰਟ ਚ, ਚਾਚੇ ਕਹਿਣ ਤੇਰਾ ਕੀ ਮਾੜਾ ਕਰਤਾ। ਮੇਰਾ ਕੀ ਮਾੜਾ ਕਰਨਾ ਸੀ, ਮਾੜਾ ਤਾਂ ਸੋਡਾ ਕਰਿਆ, ਜਿਹੜਾ ਨੂੰ ਮੱਤ ਨਹੀਂ ਆਉਂਦੀ ਸੋਨੂੰ, ਸਾਰੀ ਉਮਰ ਨੰਗੀ ਸੋਡੀ। ਆਹੋ ਅਸੀਂ ਵੀ ਮਾੜੇ ਆ। ਚੱਲ ਠੀਕ ਹੈ ਭਾਈ, ਤੇਰੇ ਮੂਹਰੇ ਜੋੜੇ ਹੱਥ, ਮੈਂ ਹਾਰੀ ਤੂੰ ਜਿੱਤੀ, ਮੈਂ ਤਾਂ ਆਪਦਾ ਦੇਖ ਡਿਊਟੀ ਤੇ ਜਾਂਦੀ ਆ, ਮੇਰਾ ਤਾਂ ਟਾਈਮ ਹੋਇਆ, ਜਾਵੜਾ ਜਾਵੜਾ ਜਾ ਕਰ ਆ ਕੇ ਕਰ ਲਈ ਕੰਮ, ਮੈਂ ਥੋੜੀ ਹੁੰਦਾ। ਹੁਣ ਤਾਂ ਸਭ ਕਲੇਸ਼ ਹੀ ਮੁੱਕ ਗਏ। ਮਾਸਟਰੀ ਨੇ ਮੇਰੀ ਭੈਣ ਤੋਂ ਕਿਤਾਬ ਵੀ ਖੋਲੀ, ਮੋਬਾਈਲ ਵੀ ਖੋਲਿਆ, ਹੁਣ ਤਾਂ ਮੇਰੀ ਭੈਣ ਗੋਹੇ ਕੂੜੇ ਜੋਗੀ ਰਹਿ ਗਈ। ਚਲੋ ਕੋਈ ਨੀ, ਉਹਦੀ ਵਿਚਾਰੀ ਤਕਦੀਰ ਹੀ ਇਹੀ ਜੀ ਹੈ। ਲੈ ਮਾਸਟਰੀ ਤਿਆਰ ਹੋਈ ਆਉਂਦੀ ਹੈ, ਇਹਨੇ ਤਾਂ ਜਾਣਾ ਹੀ ਸੀ।
ਨਾ ਕਾਹਨੂੰ ਜਾਣਾ, ਨਾ ਜਾਣੀ ਆ। ਜੇ ਸਾਨੂੰ ਕੋਈ ਹੋਣਾ ਮੈਂ ਤਾਂ ਨਾ ਜਾਣੀ, ਮੈਂ ਤਾਂ ਰਹਿ ਜਾਣੀ ਘਰੇ, ਕਰ ਲੈਣੀ ਘਰ ਦੇ ਕੰਮ। ਉਹ ਤੇਰੀ ਭੈਣ ਨੇ ਬੱਠਲ ਚਲਾ ਕੇ ਮਾਰਿਆ, ਕਹਿੰਦੀ ਚੱਕ ਲਾ ਗਾ ਗੋਆ ਸਿੱਟ ਲਾ। ਮੇਰੀ ਭੈਣ ਨੇ ਬੱਠਲ ਮਾਰਿਆ ਚਲਾ? ਹਾਂ, ਉਹ ਪੇ ਸਿੱਟੇ ਉੱਥੇ ਦੇਖ ਲਾ ਜਾ ਕੇ, ਕੋਈ ਵਾਲਾ ਬੱਠਲ ਚਲਾ ਕੇ ਮਾਰਿਆ। ਕਹਿੰਦੀ ਮੈਂ ਨੀ ਗੋਆ ਸਿੱਟਦੀ, ਆਪ ਤੁਹਾਡਾ ਗੋਆ ਸਿੱਟੋ ਨਾ ਸਿੱਟੋ। ਕੀ ਕਰੀ, ਮੇਰਾ ਉਹਦੇ ਚ ਕੀ ਦੋਸ਼ ਆ ਕੇ ਤੂੰ ਨੀ ਮੈਨੂੰ ਕਹਿੰਦੀ ਟੀਚਰ ਲੱਗਣ ਦਿੱਤਾ? ਮੇਰਾ ਕੀ ਦੋਸ਼ ਆ ਉਹਦੇ ਚ? ਮੈਂ ਤਾਂ ਸਾਰਾ ਕੁਝ ਕਰਤਾ ਸੀ ਉਹਦਾ, ਉਹਦਾ ਚਾਚੇ ਕੇ ਘਰ ਨੇ ਕਰਿਆ ਕੰਮ। ਉਹ ਮੇਰੀ ਭੈਣ ਤੋਂ ਲੈ ਤੂੰ ਮੋਬਾਈਲ ਖੋਲਿਆ, ਨਾਲੇ ਕਿਤਾਬ ਖੋਲੀ। ਹਾਂ, ਉਹ ਮੇਰੀ ਭੈਣ ਨੂੰ ਪੜ੍ਹੇ ਕਾਤੇ? ਉਹ ਤੇਰਾ ਹੁਣ ਗੋਹਾ ਕੂੜਾ ਕਰਨ ਜੋਗੀ ਰਹਿ ਗਈ, ਹੁਣ ਕਾਹਦੇ ਵਾਸਤੇ ਰਹਿ ਗਈ? ਹੁਣ ਤਾਂ ਗੋਹਾ ਕੂੜਾ ਵੀ ਨਹੀਂ ਛੱਡਦੀ, ਫਿਰ ਵੀ ਨਖਰੇ ਕਰਦੀ ਐ, ਸੌ ਸੌ ਕੁਛ ਬੋਲਦੀ ਐ ਮੈਨੂੰ, ਬਾਹ ਕੁਛ ਬੋਲ ਕੇ ਦੀ। ਮੈਂ ਤੈਨੂੰ ਦੱਸਾਂ, ਉਹ ਤਾਂ ਮਹੀ ਐ ਜਿਹੜੀ ਚੱਲੀ ਜਾਂਦੀ, ਜੇ ਕੋਈ ਹੋਰ ਹੁੰਦੀ ਨਾ ਅੱਜ ਨੂੰ ਕਿੱਦੇ ਨੀ ਛੱਡ ਕੇ ਵਗ ਜਾਂਦੀ ਘਰ। ਮਾਸਟਰਨੀ ਜੀ ਮੇਰੀ ਗੱਲ ਸੁਣ ਲਓ, ਉਹ ਗੁੱਸਾ ਤਾਂ ਬੰਦੇ ਨੂੰ ਆਉਂਦਾ ਹੀ ਐ, ਉਹ ਵੀ ਤਾਂ ਰੋਟੀ ਖਾ ਕੇ ਪੈਂਦੀ ਐ, ਕਿ ਉਹਨੂੰ ਗੁੱਸਾ ਕਾਹਦਾ ਗੁੱਸਾ ਹੁੰਦਾ? ਮੈਂ ਤਾਂ ਗੁੱਸੇ ਵਾਲੀ ਇਹੀ ਗੱਲ ਹੀ ਨਹੀਂ ਕਰੀ, ਮੈਂ ਤਾਂ ਇੰਨਾ ਜ਼ਰੂਰ ਕਹਿਤਾ, ਫਿਰ ਇੰਨਾ ਤਾਂ ਬੰਦਾ ਕਹੂਗਾ। ਜਦੋਂ ਉਹ ਗੱਲ ਚ ਕਹਿੰਦੀ ਸੀ ਮੈਂ ਤਾਂ ਹੈਡ ਮਾਸਟਰ ਨਹੀਂ ਲੱਗੂਗੀ, ਮੈਂ ਤਾਂ ਹੈਡ ਮਾਸਟਰ ਨਹੀਂ ਲੱਗੂਗੀ, ਮੈਂ ਇੰਨਾ ਕਹਿਤਾ, ਮੈਂ ਕਿਹਾ ਸਾਡੀ ਹੈਡ ਮਾਸਟਰ ਨਹੀਂ ਕਿੱਥੇ ਅੱਗੇ ਕਰਦੀ, ਇੰਨੀ ਗੱਲ ਤੋਂ ਹਰਖ ਗਈ ਮੇਰੇ ਪਿੱਛੇ ਪੈ ਗਈ। ਨਾ ਹਰਖੇ ਨਾ, ਹਾਂ ਹਜੇ ਜ਼ਖਮਾਂ ਤੇ ਤੂੰ ਲੂਣ ਭੁੱਕਦੀ ਐ, ਕਿਤਾਬ ਤੂੰ ਖੋਲੀ, ਮੋਬਾਈਲ ਤੂੰ ਖੋਲਿਆ, ਹਜੇ ਤੂੰ ਐਂ ਕਹਿਣੀ ਉਹ ਤੋਂ ਵੀ ਹੈਡ ਮਾਸਟਰ ਨੀ? ਉਹ ਹੈਡ ਮਾਸਟਰ ਨੀ ਕਾਹਦੇ ਸਾਰੇ ਲੱਗੂ? ਉਹ ਪੜ੍ਹਾਈ ਤੋਂ ਕਰ ਜਾਂਦੀ, ਉਹ ਲੱਗ ਜਾਂਦੀ। ਮੈਂ ਤਾਂ ਪੜ੍ਹਾਈ ਤੋਂ ਛੋੜ ਦੇਤੀ ਸੀ ਉਹਨੂੰ, ਮੈਂ ਤਾਂ ਕੰਮ ਵੀ ਆਪਦੇ ਆਪੇ ਕਰ ਲਿਆ ਕਰਦੀ। ਉਹ ਕਹਿੰਦਾ ਨੀ ਮੈਂ ਤਾਂ ਬਹਿ ਕੇ ਪੜ੍ਹੂੰਗੀ, ਮੈਂ ਤਾਂ ਕੁਛ ਨੀ ਕਰਦੀ, ਮੈਂ ਤਾਂ ਨਾ ਤੇਰਾ ਕੰਮ ਕਰਾਂ, ਕਿਸੇ ਦੀ ਲੋੜ ਨੀ। ਦੇਖ ਮੈਂ ਤੈਨੂੰ ਦੱਸਾਂ, ਗੋਹੇ ਵਾਲੀ ਮੈਂ ਉਹਨੂੰ ਆਖਿਆ ਸੀ ਵੀ ਗਗਨ ਗੋਹੇ ਵਾਲੀ ਲਾ ਲੈਣੇ, ਬਈ ਲੋੜ ਨੀ ਉਹਦਾ, ਮੈਂ ਤਾਂ ਦੇਖ ਜਾਣਾ ਹੁੰਦਾ, ਮੈਥੋਂ ਨੀ ਬਈ ਗੋਹਾ ਸਿੱਟੀ ਦਾ। ਉਹ ਕਹਿੰਦੀ ਗੋਹੇ ਵਾਲੀ ਲਾਉਣ ਦੀ ਤੁਹਾਨੂੰ ਲੋੜ ਨੀ, ਮੈਂ ਆਪੇ ਸਿੱਟ ਦਿਆ ਕਰੂੰ। ਨਾ ਜੀ ਗੋਹੇ ਵਾਲੀ ਲਾਉਣੀ ਹੈ, ਫਿਰ ਮੇਰੀ ਭੈਣ ਨੂੰ ਮੋਬਾਈਲ ਤੇ ਕਿਤਾਬ ਫੜਾ ਦੇ, ਉਹ ਪੜ੍ਹ ਲਿਆ ਕਰੂਗੀ, ਉਹ ਵੀ ਹੈਡ ਮਾਸਟਰ ਨੂੰ ਲੱਗ ਜੂਗੀ। ਮੈਂ ਨਹੀਂ ਫੜਾਉਂਦੀ, ਮੇਰਾ ਜਿਹੜੇ ਮੇਰੇ ਨਾਲ ਕਰਦੀਆਂ ਨੇ ਜਿਹੜੀਆਂ, ਉਹ ਗੱਲਾਂ ਮੈਂ ਭੁੱਲਦੀ ਨਹੀਂ। ਮੈਂ ਤੈਨੂੰ ਦੱਸਾਂ, ਉਹ ਭਾਵਾਂ ਭੁੱਲ ਜੇ, ਉਹ ਫਿਰ ਜੇ ਤੂੰ ਤਾਂ ਗੱਲਾਂ ਭੁੱਲਦੀ ਨਹੀਂ, ਹਾਂ ਫਿਰ ਉਹਨੂੰ ਮੇਰੇ ਕੋ ਮਾਰਦੀ ਐ, ਕਿੱਥੋਂ ਮਾਸਟਰ ਨਹੀਂ ਬਣ ਜੂ, ਕਿੱਥੋਂ ਹੈਡ ਮਾਸਟਰ ਨਹੀਂ ਬਣ ਜੂ ਉਹ? ਹੁਣ ਤੂੰ ਲੱਗ ਗਿਆ ਮੇਰੇ ਨਾਲ, ਮੈਨੂੰ ਤੁਸੀਂ ਭੈਣ ਭਰਾ ਬੜੇ ਇੱਕੋ ਜਿਹੇ, ਸਾਡਾ ਦਿਮਾਗ ਹੀ ਖਰਾਬ ਹੋਇਆ ਤੇ ਐ ਕਰੋ। ਹਾਂ ਸਾਡਾ ਦਿਮਾਗ ਖਰਾਬ ਐ, ਜੇ ਸਾਡਾ ਸਹੀ ਦਿਮਾਗ ਆ ਨਾ, ਐ ਕਰੋ ਦੋਨੇ ਭੈਣ ਭਰਾ ਰਹੋ ਘਰੇ, ਮੇਰਾ ਖਿਹੜਾ ਛੱਡੋ, ਮੈਂ ਚੱਕਦੀਆਂ ਦਾ ਬੈਗ ਆਦੇ ਪਿੰਡ ਵਗ ਜਾਣੀ। ਮੇਰੀ ਗੱਲ ਸੁਣੋ, ਅਸੀਂ ਘਰ ਜੋਗੇ ਆ, ਮੈਂ ਖੇਤ ਜੋਗਾ, ਮੇਰੀ ਭੈਣ ਘਰ ਜੋਗੀ ਐ, ਤੂੰ ਆਪਦੀ ਡਿਊਟੀ ਕਰ, ਹੱਸ ਕੇ ਡਿਊਟੀ ਕਰ ਆਪਦੀ। ਨਾ ਹੁਣ ਕਾਹਨੂੰ ਕਹਿੰਦਾ ਵੀ ਡਿਊਟੀ ਜਾ, ਜਦੋਂ ਪੇਕਿਆਂ ਦਾ ਨਾਂ ਲੈ ਤਾਂ ਪੇਕਿਆਂ ਦੇ ਨਾਂ ਤੋਂ ਦਰਦਾ ਮੇਰੇ, ਪੇਕੀ ਤੂੰ ਮੈਨੂੰ ਜਾਣ ਨਹੀਂ ਦਿੰਦਾ, ਪੇਕੀ ਤੂੰ ਮੈਨੂੰ ਇੱਕ ਦਿਨ ਨਹੀਂ ਜਾਣ ਦਿੰਦਾ, ਜੇ ਮੈਨੂੰ ਚਾਰ ਛੁੱਟੀਆਂ ਆਈਆਂ ਸੀ ਉਦੋਂ ਮੈਂ ਇੱਥੇ ਕੱਟੀਆਂ ਘਰੇ। ਉਹ ਮੇਰੀ ਗੱਲ ਸੁਣ ਲੈ, ਡਿਊਟੀ ਵਾਲੇ ਕਿੱਥੋਂ ਜਾ ਸਕਦੇ ਨੇ, ਉਹ ਤਾਂ ਕਿਤੇ ਨਹੀਂ ਜਾ ਸਕਦੇ, ਡਿਊਟੀਆਂ ਕਰਨੀਆਂ ਬਹੁਤ ਔਖੀਆਂ ਨੇ, ਕਰਨੀਆਂ ਬਹੁਤ ਔਖੀਆਂ। ਦੇਖ ਲੈ ਹੁਣ ਤੂੰ ਪੈਰ ਮੱਥੇ ਚ ਵਾਈ ਦੇ, ਸਿਰ ਦੁਖਣ ਲੱਗ ਜਾਂਦਾ, ਉੱਥੋਂ ਤੱਕ ਜਾਂਦੀ ਆ, ਕਦੇ ਤਾਂ ਨਹੀਂ ਸੋਚਿਆ ਆ ਖੜੇ ਕਰੇ ਮੋਟਰਸਾਈਕਲ ਵੀ ਲੈ ਚੜਾ ਕੇ ਤੈਨੂੰ ਛੱਡਿਆ ਮੈਂ ਸਕੂਲ ਤੱਕ, ਕਿੱਡੀ ਦੂਰ ਸਕੂਲ ਪੈਂਦਾ ਆਪਣੇ, ਦੇਖ ਲੈ ਰੋਡ ਤੇ ਆ ਗਿਆ, ਕਿੱਡੀ ਦੂਰ ਤੁਰ ਕੇ ਜਾਂਦੀ ਆ। ਗੱਲ ਸੁਣ ਲੈ, ਜਿਹੜੀਆਂ ਉੱਥੇ ਮੈਡਮ ਆਉਂਦੀ ਨੇ ਅੱਡੇ ਤੋਂ ਉਤਰ ਕੇ, ਉਨੀ ਦੂਰ ਸਕੂਲ ਉਹਨਾਂ ਨੂੰ ਹੈ, ਉਡੀ ਦੂਰ ਆਪਣੇ ਘਰੋਂ ਹੈ। ਤੁਹਾਨੂੰ ਨਹੀਂ ਜਿੱਤ ਸਕਦਾ ਕੋਈ, ਤੁਸੀਂ ਤਾਂ ਦੋਨੇ ਭੈਣ ਭਰਾ ਇੱਕੋ ਜਿਹੇ, ਮੈਨੂੰ ਲੇਟ ਹੋ ਜਾਂਦਾ, ਮੈਂ ਤਾਂ ਜਾਨੀ ਆ। ਬੋਲੀ ਜਾ ਖੜਾ ਤੂੰ, ਤੂੰ ਤਾਂ ਬੋਲਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ। ਅਗਰ ਸੋਨੂੰ ਨਹੀਂ ਕੋਈ ਜਿੱਤ ਸਕਦਾ, ਓਏ ਅਸੀਂ ਕੀ ਆ ਜਿੱਤਣ ਨੂੰ, ਅਸੀਂ ਤਾਂ ਹਾਰੇ ਹੋਏ ਆ, ਅਸੀਂ ਤਾਂ ਆਪਦੀ ਜ਼ਿੰਦਗੀ ਦੀ ਬਾਜ਼ੀ ਹਾਰ ਗਏ। ਮੈਂ ਖੇਤੀ ਕਰਦਾ, ਮੇਰੀ ਭੈਣ ਆ ਗੋਹਾ ਕੂੜਾ ਸਿੱਟੀ ਜਾਂਦੀ ਹੈ, ਉਹ ਅਸੀਂ ਜ਼ਿੰਦਗੀ ਦੀ ਬਾਜ਼ੀ ਹਾਰੇ ਹੋਏ ਬੰਦੇ ਆ, ਅਸੀਂ ਕੀ ਜਿੱਤਣਾ ਜਾਣਦੇ ਆ, ਜਿੱਤਣ ਤਾਂ ਤੂੰ ਹੀ ਜਾਣਦੀ ਆ। ਹਜੇ ਮੇਰੀ ਭੈਣ ਨੂੰ ਮਿਹਣੇ ਮਾਰਦੀ ਹੈ, ਅੱਗੇ ਤੂੰ ਹੈਡ ਮਾਸਟਰ ਨੀ? ਉਹ ਤਾਂ ਕੀ ਹੈਡ ਮਾਸਟਰ ਨੀ, ਉਹ ਤਾਂ ਵਿਚਾਰੀ ਮਾਸਟਰ ਨੀ ਵੀ ਨਹੀਂ ਬਣ ਸਕਦੀ, ਕਿਤਾਬਾਂ ਉਹਤੋਂ ਖੋਲੀਆਂ, ਮੋਬਾਈਲ ਉਹਤੋਂ ਖੋਲੇ। ਹਾਏ ਰੱਬਾ, ਮੇਰੇ ਨਾਲ ਤੂੰ ਕੀ ਕੀਤਾ, ਮੈਨੂੰ ਇਹੋ ਜਿਹੀ ਭਰਜਾਈ ਦੇਣੀ ਸੀ, ਇਹੋ ਜਿਹੀ ਭਰਾ ਦੇਣਾ ਸੀ ਜਿਹੜਾ ਮੇਰੇ, ਆ ਦੇਖ ਲੈ ਰੱਬਾ ਤੂੰ ਹੀ ਮੇਰੇ ਨਾਲ ਇਹੋ ਜਿਹਾ ਧੋਖਾ ਕਰ ਗਿਆ, ਭਰਾਵਾਂ ਨੇ ਤੇ ਭਰਜਾਈਆਂ ਨੇ ਤਾਂ ਕਰਨਾ ਹੀ ਕਰਨਾ ਸੀ। ਭੈਣੇ ਤੂੰ ਮੈਨੂੰ ਵੀ ਮੜਾ ਕਹੀ ਜਾਂਦੀ ਹੈ, ਹੋਰ ਵੀਰੇ ਹੁਣ ਤੈਨੂੰ ਕਿਵੇਂ ਨਾ ਕਹਾਂ, ਤੂੰ ਵੀ ਮੇਰੇ ਨਾਲ ਜਮਾ ਧੋਖਾ ਕਰ ਗਿਆ। ਭੈਣੇ ਮੈਂ ਤੇਰਾ ਕੀ ਮਾੜਾ ਕੀਤਾ, ਮੇਰਾ ਤੇਰਾ ਬਥੇਰਾ ਚੰਗਾ ਕੀਤਾ ਸੀ, ਕਿਤਾਬ ਤੈਨੂੰ ਲੈ ਕੇ ਦਿੱਤੀ ਸੀ, ਬੈਚ ਤੈਨੂੰ ਲੈ ਕੇ ਦਿੱਤਾ ਸੀਗਾ,
ਤੇ ਹੁਣ ਮੇਰੀ ਗੱਲ ਸੁਣ, ਗਲਤੀਆਂ ਸਾਰੀਆਂ ਤੇਰੀਆਂ, ਫੇਰ ਸਭ ਅੰਡੇ ਬੀਜੇ ਨੇ, ਇੰਨੀਆਂ ਰੋਟੀਆਂ ਪਕਾਈਆਂ ਤੇਰੀਆਂ, ਤੇਰੇ ਪਹਿਲਾਂ ਤਾਂ ਨੀ ਸੀ ਇਹ ਆਈ, ਪਹਿਲਾਂ ਤਾਂ ਤੇਰਾ ਕੰਮ ਧੰਦਾ ਮੈਂ ਹੀ ਕਰਦੀ ਰਹੀ ਸੀ, ਤੂੰ ਮੇਰੇ ਬਾਰੇ ਤਾਂ ਸੋਚ ਲੈਂਦਾ। ਭੈਣੇ ਤੂੰ ਤਾਂ ਇੱਕੋ ਹੀ ਗੱਲ ਜਾਣਦੀ ਆ, ਮੈਂ ਤੇਰੀਆਂ ਰੋਟੀਆਂ ਪਕਾਈਆਂ, ਤੇਰੀਆਂ ਰੋਟੀਆਂ ਪਕਾਈਆਂ, ਉਹ ਸਾਰੀ ਉਮਰ ਹੁਣ ਰੋਟੀਆਂ ਦਾ ਕਰਜ਼ਾ ਮੇਰੇ ਸਿਰੋਂ ਲੈਂਦੇ ਨੇ ਬਸ ਤੇਰਾ ਭੈਣੇ। ਵੀਰੇ ਚਾਚੇ ਦਾ ਕੋਈ ਦੋਸ਼ ਨੀ ਹੈਗਾ, ਜੇ ਮੈਂ ਚਾਚੇ ਦੇ ਘਰ ਜਾ ਵੜੇਂਦੀ ਸੀ, ਉਹਨੇ ਕਿਹੜਾ ਮੇਰਾ ਫੋਨ ਫੜਿਆ ਸੀ, ਚਾਚੀ ਨੇ ਜਾ ਕਿਤਾਬ ਫੜੀ ਸੀ, ਫੜੀ ਤਾਂ ਇਹਨੇ ਭਰਜਾਈ ਨੂੰ ਹੀ ਸੀ। ਮੇਰੀ ਗੱਲ ਸੁਣ ਲੈ, ਇਹਨੇ ਫੇਰੀ ਕਿਤਾਬਾਂ ਫੜੀਆਂ ਨੇ, ਫੇਰੀ ਮੋਬਾਈਲ ਫੜਿਆ, ਭੈਣੇ ਕਸੂਰ ਸਾਰੇ ਤੇਰੇ ਨੇ। ਤੂੰ ਕਿਹੜਾ ਘਰੇ ਖੜਦੀ ਸੀ, ਮੈਂ ਤੈਨੂੰ ਕਿੰਨੇ ਵਾਰੀ ਕਿਹਾ, ਤੇਰੇ ਪੜਦੇ ਨੇ ਬਥੇਰੇ ਢਕੇ, ਕਰ ਤੂੰ ਬਾਰੀ 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 ਗਲਤੀ ਕਰੀ ਗਈਆਂ, ਫਿਰ ਮੇਰੀ ਦੇਖ ਲਾ ਬਈ, ਫੌਜੀ ਨੇ ਵੀ ਮੇਰੇ ਨਾਲ ਤਾਂ ਜਮੀ ਧੋਖਾ ਕਰਤਾ। ਦੇਖ ਲਾ ਹੁਣ, ਜੇ ਮੈਂ ਪੈਸਿਆਂ ਨੂੰ ਕਹਿੰਦੀ ਹਾਂ, ਕਹਿੰਦਾ ਮੈਂ ਤਾਂ ਘਰ ਲੈ ਲਿਆ, ਜ਼ਮੀਨ ਲੈ ਲਈ, ਤੋੜੇ ਘਣੇ ਪੈਸੇ ਉਹ ਪਾਉਂਦਾ ਗਾ। ਭੈਣੇ ਮੇਰੀ ਗੱਲ ਸੁਣ ਲੈ, ਤੂੰ ਫੌਜੀ ਨੂੰ ਕਹੀ ਤਾਂ ਜਾਨੀ ਹੈ, ਪਹਿਲਾਂ ਤਾਂ ਦੇਖ ਲੈ ਤਾਰਿਆਂ ਨਾਲ ਆਈ ਪਈ ਆ ਕੋਠੀ, 3 ਮੰਜ਼ਲੀ ਕੋਠੀ ਪਾਈ ਹੈ, ਉਹ ਹੁਣ ਉਹ ਜ਼ਮੀਨ ਬੈ ਲਈ ਜਾਂਦਾ, ਤੇਰਾ ਕੀ ਮਾੜਾ ਕੀਤਾ ਉਹਨੇ, ਤੂੰ ਪੈਸੇ ਤੋਂ ਕੀ ਕਰਾਉਣਾ, ਖਰਚਣ ਜੋਗੇ ਪੈਸੇ ਮੈਂ ਤੈਨੂੰ ਦੇਈ ਜਾਂਦਾ ਗਾ। ਬਾਈ ਮੈਨੂੰ ਤੂੰ ਕਿੱਥੇ, ਹੁਣ ਤਾਂ ਉਹਦੇ ਉੱਤੋਂ, ਤੂੰ ਨੀ ਉੱਤੋਂ ਦੀ, ਉਹ ਉੱਤੋਂ ਦੀ ਹੋ ਗਈ, ਹੁਣ ਤਾਂ ਉਹਦੇ ਹੱਥ 'ਚ ਹੋ ਗਿਆ ਸਭ। ਭੈਣੇ ਕੋਈ ਗੱਲ ਨੀ, ਮੈਂ ਤੈਨੂੰ ਹਜੇ ਵੀ ਹੱਥ ਕੇਰਦਾ ਸੀਗਾ, ਹਜੇ ਵੀ ਤੇਰੀਆਂ ਲੋੜਾਂ ਪੂਰੀਆਂ ਕਰਦਾ, ਮੇਰੇ ਬਾਰੇ ਤਾਂ ਕਿਸੇ ਨੇ ਕੁਛ ਨੀ ਸੋਚਿਆ ਵੀਰਾ, ਮੈਂ ਤਾਂ ਜਮੀ ਉਹ ਪੋਟੀ ਗਈ। ਭੈਣੇ ਤੂੰ ਹੁਣ ਕਰਾਉਣਾ ਕੀ ਹੈ ਪੈਸਿਆਂ ਤੋਂ, ਚੁੱਪ ਕਰਕੇ ਗੋਹਾ ਕੂੜਾ ਕਰੀ ਜਾ, ਹੁਣ ਤਾਂ ਤੂੰ ਗੋਹੇ ਕੂੜੇ ਜੁਗੀ ਰਹੇਗੀ, ਹੁਣ ਤਾਂ ਛੱਡ ਦੇ ਤੂੰ, ਤੈਨੂੰ ਆਇਆ ਉਹ ਤੋਂ ਹੈਡਮਾਸਟਰ ਗੋਹੇ ਕੂੜੇ ਜੁਗੀ ਰਹੇਗੀ ਬਈ। ਭੈਣੇ ਕਹਿੰਦੇ ਨਾ ਮੈਂ ਹੈਡਮਾਸਟਰ ਨਹੀਂ ਬਣੂ, ਗਲਤੀ ਕੀ ਹੈ ਤੁਹਾਡੇ 'ਚ, ਮੈਂ ਤਾਂ ਸਾਰੀ ਦਿਹਾੜੀ ਮੈਥੋਂ ਕੰਮ ਕਰਾਈ ਜਾਂਦੇ ਸੀਗੇ, ਮੈਨੂੰ ਪੜ੍ਹਨ ਦਾ ਟਾਈਮ ਨਹੀਂ ਸੀ ਦਿੰਦੇ ਕਦੇ, ਉਹ ਲੋੜ ਹੀ ਨਹੀਂ ਪੈਂਦੀ ਤੈਨੂੰ ਹੁਣ ਪੜ੍ਹਾਈਆਂ ਦੀ, ਪੜ੍ਹਾਈ ਕਰਕੇ ਤੂੰ ਕੀ ਲੈਣਾ ਹੈਗਾ, ਤੂੰ ਤਾਂ ਕਹਿੰਦੀ ਸੀ ਮੈਂ ਤਾਂ ਹੈਡਮਾਸਟਰ ਨਹੀਂ ਬਣੂਗੀ। ਭੈਣੇ ਹੈਡਮਾਸਟਰ ਨਹੀਂ ਕਿਹੜੀ, ਤੂੰ ਤਾਂ ਹੁਣ ਮਾਸਟਰ ਨਹੀਂ ਵੀ ਨਹੀਂ ਬਣ ਸਕਦੀ, ਕਿਤਾਬਾਂ ਤੇ ਮੋਬਾਈਲ ਇੱਥੋਂ ਨੇ ਖੋਲਿਆ, ਚੁੱਪ ਕਰਕੇ ਹੁਣ ਹੁਣ ਨਹੀਂ ਤੂੰ ਮਾਸਟਰ ਨਹੀਂ ਬਣਦੀ, ਹੁਣ ਤਾਂ ਤੂੰ ਘਰ ਦੇ ਕੰਮ ਕਰਨ ਨੂੰ ਗਿਰੇਗੀ। ਫੌਜੀ ਨੇ ਮੈਨੂੰ ਦੱਸਤਾ, ਕਹਿੰਦਾ ਤੇਰੀ ਭਾਬੀ ਨੇ ਕਿਹਾ ਵੀ ਇੱਥੇ ਕੁਆਟਰ ਨਾ ਲਈ, ਇਹ ਤਾਂ ਲੜਦੀ ਹੈ ਗਗਨ ਨਾਲ, ਦੇਖ ਲੈ ਭਾਬੀ ਨੇ ਕੀ ਵਿਵਹਾਰ ਕੀਤੀਆਂ। ਗਗਨ ਭੈਣੇ ਤੂੰ ਮਾੜਾ ਜਿਹਾ ਮੋਟਾ ਅਕਲ ਨੂੰ ਹੱਥ ਮਾਰ, ਫੌਜੀ ਸਾਹਿਬ ਬਹੁਤ ਸਿਆਣੇ ਨੇ, ਪੜ੍ਹੇ ਲਿਖੇ ਨੇ, ਉੱਥੇ ਰਹਿਣ ਵਾਲਾ ਸਿਸਟਮ ਵਧੀਆ ਨਹੀਂ ਹੋਣਾ, ਕੋਈ ਹਰਪ੍ਰੀਤ ਨੇ ਫੋਨ ਨਹੀਂ ਕੀਤਾ, ਤੂੰ ਕਿਉਂ ਇਹ ਤੇ ਐਵੇਂ ਉਹ ਕਰੀ ਜਾਨੀ ਹੈ। ਬਾਈ ਮੇਰੇ ਤਾਂ ਬਾਹਲਾ ਉਹ ਕਰਤਾ, ਮੇਰੇ ਤਾਂ ਬਾਹਲਾ ਬੁਰਾ ਹਾਲ ਹੋਇਆ ਪਿਆ, ਮੈਂ ਕੀ ਕਰਾਂ, ਮੇਰਾ ਦਿਮਾਗ ਨਹੀਂ ਸੋਚਦਾ ਵੀ ਮੈਨੂੰ ਕੀ ਸੀ ਤੇ ਕੀ ਬਣ ਗਿਆ। ਭੈਣੇ ਦਿਮਾਗ ਨਹੀਂ ਸੋਚਦਾ, ਤੇਰੇ ਦਿਮਾਗ ਹੈਗਾ ਕਿੱਥੇ, ਦਿਮਾਗ ਤਾਂ ਲੱਗਦਾ ਨਹੀਂ ਤੇਰੇ ਦਿਮਾਗ ਤੇ, ਪਾਗਲ ਤਾਂ ਕਰਤਾ ਜਿੱਦਾਂ ਦੀ ਇਹ ਆ ਗਈ। ਉਹ ਭੈਣੇ ਦਿਮਾਗ ਵਾਲੀਆਂ ਤਾਂ ਤੂੰ ਗੱਲਾਂ ਹੀ ਨਹੀਂ ਕਰਦੀ, ਤੂੰ ਤਾਂ ਐਂ ਕਰ ਹਰਪ੍ਰੀਤ ਆ ਵਾਗੀ ਡਿਊਟੀ ਤੇ, ਠੀਕ ਹੈ, ਮੈਂ ਜਾਣਾ ਖੇਤ, ਚੁੱਪ ਕਰਕੇ ਆਪਦਾ ਕੰਮ ਧੰਦੇ ਕਰੀ ਜਾ, ਮੱਝਾਂ ਸਾਂਭ ਲਿਆ ਕਰ, ਗੋਹਾ ਕੂੜਾ ਛੱਡ ਦਿਆ ਕਰ, ਤੂੰ ਤਾਂ ਨੌਕਰਾਨੀ ਲੱਗੀ ਹੋਦੀ। ਮੈਂ ਨਹੀਂ ਵੀਰੇ ਗੋਹਾ ਕੂੜਾ ਛੱਡਦੀ, ਨਹੀਂ ਮੈਂ ਤਾਂ ਆਪਦੇ ਘਰੇ ਜਾਨੀ ਆਗੀ, ਮੈਥੋਂ ਨਹੀਂ ਗੋਹਾ। ਭੈਣੇ ਨਾ ਨਾ ਨਾ, ਇਹ ਗੱਲ ਗਲਤ ਹੈ, ਆਪਦੇ ਘਰੇ ਜਦੋਂ ਫੌਜੀ ਸਾਹਿਬ ਆ ਗਏ ਉਦੋਂ ਵਗ ਜੀ, ਉਦੋਂ ਪਹਿਲਾਂ ਮੈਂ ਨਹੀਂ ਜਾਣ ਦਿੰਦਾ। ਨਾ ਮੈਂ ਤਾਂ 5 ਕਿੱਲੇ ਵੀ ਆਪਣੀ ਉਹਨੂੰ ਚਾਚੇ ਕਹਿਣ ਨੂੰ ਹੀ ਦਊਂਗੀ। ਅੱਛਾ 5 ਕਿੱਲੇ ਜ਼ਮੀਨ ਤੇ ਤੂੰ ਚਾਚੇ ਕਹਿਣ ਨੂੰ ਦੇਂਗੀ, ਇਹੀ ਤਾਂ ਗੱਲਾਂ ਸੀਗੀਆਂ, ਮੈਨੂੰ ਤਾਂ ਪਹਿਲਾਂ ਹੀ ਪਤਾ ਸੀ, ਉਹਨਾਂ ਦੇ ਜਾਣ ਦੇ ਨਤੀਜੇ ਦੇਖ ਲੈ ਕੀ ਨਿਕਲਦੇ ਨੇ, ਆਹੀ ਨਤੀਜੇ ਨਿਕਲਣੇ ਸੀਗੇ। ਭੈਣੇ ਤੂੰ ਉੱਥੇ ਜ਼ਮੀਨ ਖੋਲੇਗੀ? ਵੀਰੇ ਦੇਖੋ, ਮੈਂ ਤਾਂ ਤਾਂ ਕਹਿੰਦੀ ਸੀ, ਦੇਖ ਤੂੰ ਤਾਂ ਮੇਰਾ ਭਰਾ ਗਾ, ਮੈਂ ਤੇਰੇ ਬਾਰੇ ਸੋਚਦੀ ਹਾਂ ਕਿੰਨਾ, ਪਰ ਮੈਨੂੰ ਤੇਰੇ ਤੇ ਤਰਸ ਆਉਂਦਾ ਗਾ ਵੀ ਮੇਰਾ ਤੇਰੀ ਜ਼ਮੀਨ ਆ ਇਹ, ਮੈਂ ਜਦੋਂ ਮੈਨੂੰ ਭਾਬੀ ਲੜਦੀ ਆ ਉਦੋਂ ਮੈਨੂੰ ਕਹਿਣਾ ਪੈਂਦਾ ਗਾ। ਭੈਣੇ ਤਾਂ ਤੇਰੀ ਗੱਲ ਠੀਕ ਹੈ, ਦਿਨ ਤਿਹਾੜ ਤੇ ਤੂੰ ਹੀ ਖੜੇਗਾ ਮੇਰੇ ਕੋਲ। ਭੈਣੇ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ, ਉਹ ਤਾਂ ਤੇਰੇ ਨਾਲ ਲੜਦੀ ਰਹਿੰਦੀ ਹੈ, ਪਰ ਤੂੰ ਦੇਖ ਲੈ ਮੇਰੇ ਵੱਲ ਨਹੀਂ, ਮੇਰੀ ਭੈਣ ਹੈ ਫਿਰ ਵੀ ਸੋਚਦੀ ਹੈ, ਉਹ ਮੈਂ 10 ਕਿੱਲਿਆਂ ਦੀ ਖੇਤੀ ਨਾਲ ਜਦੋਂ ਸਿਸਟਮ ਵਧੀਆ ਨਹੀਂ ਚੱਲਦਾ, 5 ਨਾਲ ਕਿਵੇਂ ਚੱਲੂਗਾ? ਇਹ ਤਾਂ ਮੈਂ ਫੌਜੀ ਨੂੰ ਵੀ ਦੱਸਦੀ ਹਾਂ, ਪਰ ਮੈਂ ਤੇਰੇ ਕੰਨੀ ਸੋਚਦੀ ਹਾਂ ਵੀ ਮੇਰੇ ਭਰਾ ਦਾ ਕੀ ਹਾਲ ਬਣੂਗਾ, 5 ਕਿੱਲਿਆਂ 'ਚ ਕੀ ਖੇਤੀ ਆਊਗੀ। ਭੈਣੇ ਮੇਰੀ ਗੱਲ ਸੁਣ ਲੈ, ਚਾਚੇ ਕੇ ਤਾਂ ਲੱਖ ਬੇਈਮਾਨ ਹੋ ਜਾਣਾ ਮੇਰੀ ਜ਼ਮੀਨ ਤੇ, ਫੌਜੀ ਸਾਹਿਬ ਮੇਰੀ ਜ਼ਮੀਨ ਤੇ ਬੇਈਮਾਨ ਨਹੀਂ ਹੁੰਦੇ, ਉਹ ਤਾਂ ਦੇਖ ਲੈ ਜਿੱਦੇ ਤੇਰਾ ਰਿਸ਼ਤਾ ਕਿਤੇ ਨਾ 5 ਕਿੱਲੇ ਸੀ, ਅੱਜ 7 ਬਣਾ ਲਏ, ਮੈਨੂੰ ਤਾਂ ਲੱਗਦਾ ਵੀ 10 ਤੋਂ ਵੀ ਉੱਪਰ ਜ਼ਮੀਨ ਬਣਾ ਲੂਗਾ ਉਹ। ਬਣਾਈ ਤਾਂ ਜਾਂਦਾ ਵੀਰੇ, ਹੁਣ ਪਹਿਲਾਂ ਘਰ ਪਾ ਕੇ ਹਟਿਆ, ਹੁਣ ਜ਼ਮੀਨ ਬਣਾਈ। ਭੈਣੇ ਤੂੰ ਤਾਂ ਉਹਨੂੰ ਵੀ ਨਹੀਂ ਦਿੱਤੀ ਜਾਂਦੀ ਹੈ, ਉਹ ਜ਼ਮੀਨ ਕਿਹਦੇ ਵਾਸਤੇ ਬਣਾਉਂਦਾ, ਛੋਟੇ ਬੱਚਿਆਂ ਵਾਸਤੇ ਹੀ ਬਣਾਉਂਦਾ ਹੈ।
ਬਣਾਉਂਦਾ ਤਾਂ ਹੈਗਾ ਵੀਰੇ, ਫਿਰ ਵੀ ਭੇਜੇ ਤਾਂ ਸਹੀ ਕੁਛ ਨਾ ਕੁਛ ਕਹੂਗਾ, ਮੇਰੇ ਕੋਲ ਲੱਗ ਗਈ ਸਾਰੀ ਟਾਈਮ। ਭੈਣੇ ਮੇਰੀ ਗੱਲ ਸੁਣ ਲੈ, ਕਿਤੇ ਜਾਣ ਦੀ ਨਾ ਤੂੰ, ਕਹਿੰਦੀ ਮੈਂ ਤਾਂ ਵਗ ਜੂੰਗੀ ਆਪਦੇ ਘਰੇ, ਜਦੋਂ ਫੌਜੀ ਸਾਹਿਬ ਉਦੇ ਵਗ ਜੀ ਤੂੰ, ਚੁੱਪ ਕਰਕੇ ਕੰਮ ਕਰੀ ਆ। ਮੈਂ ਚਾਹੁੰਦਾ ਖੇਤ ਨੂੰ ਵੱਡਾ ਗੇਟ ਲਾ ਲਈ, ਹੁਣ ਤਾਂ ਭੈਣੇ ਤੂੰ ਕੰਮ ਜੋਗੀ ਰਹਿ ਗਈ। ਵੀਰੇ ਨੇ ਵੀ ਉਹੀ ਕੰਮ ਕਰਤਾ, ਦੇਖ ਲਾ ਭਾਬੀ ਵਾਲੀ, ਜਿਵੇਂ ਭਾਬੀ ਕਹਿੰਦੀ ਸੀ ਮਿਹਣੇ ਦਿੰਦੇ ਸੀ ਉਵੇਂ ਵੀਰਾ ਦੇਣ ਲੱਗ ਗਿਆ। ਅੱਗੇ ਤੂੰ ਕਿੱਥੋਂ ਹੈਡ ਮਾਸਟਰ ਨੀ ਲੱਗ ਜਾਏਗੀ, ਤੂੰ ਤਾਂ ਹੁਣ ਗੋਹਾ ਕੂੜਾ ਹੀ ਸਿੱਟ। ਚੱਲ ਭੈਣੇ ਵੀਰੇ ਨੇ ਵੀ ਮੰਨਣ ਵੀ ਪਊਗੀ ਹੁਣ ਤਾਂ, ਕੀ ਬਣੂਗਾ ਹੱਲ, ਜਿਹੜਾ ਕਰਮ ਅੱਜ ਸੀਗਾ ਉਹ ਤਾਂ ਹੋ ਗਿਆ, ਹੋ ਕੇ ਹੀ ਰਿਹਾ। ਦੇਖ ਲਾ ਵੀਰਾ ਕਹਿੰਦਾ ਤੂੰ ਗੋਹਾ ਕੂੜਾ ਕਰ, ਹੁਣ ਨਾ ਕਿਤਾਬ ਪਤੂਬਾ ਖਾਨੀ ਸੋਚ। ਕਹਿੰਦਾ ਉੱਠ ਗਗਨ ਖੜੀ ਹੋ, ਹੁਣ ਆਪਣੇ ਪੈਰਾਂ ਤੇ ਆਪ ਖੜੀ ਹੋ, ਮੈਂ ਨੀ ਹੁਣ ਇਹਨਾਂ ਦਾ ਗੋਹਾ ਕੂੜਾ ਕਰ ਸਕਦੀ। ਚੱਲ ਮੈਂ ਤਾਂ ਜਾਂਦੀ ਹੈਗੀ ਚਾਚੇ ਕੇ ਘਰੇ ਜਾਂਦੀ ਆ ਹੁਣ, ਉੱਥੇ ਇਹਨਾਂ ਨੇ ਤਾਂ ਜਿਹੜਾ ਕਰਨਾ ਸੀ ਕਰਤਾ। ਦੇਖ ਲਾ ਭਰਾ ਵੀ ਦੁਸ਼ਮਣ ਬਣ ਗਿਆ, ਭਰਜਾਈ ਵੀ ਦੁਸ਼ਮਣ ਬਣ ਗਈ। ਇਹਨਾਂ ਨੇ ਤਾਂ ਮੈਨੂੰ ਤਾਂ ਐਂ ਸੀ, ਮੈਂ ਚੱਲ ਮੇਰਾ ਵਧੀਆ, ਮੈਂ ਮਾਸਟਰ ਨੀ ਲੱਗ ਜੂੰਗੀ ਪੜ੍ਹ ਲਿਖ ਕੇ, ਕਿਤਾਬ ਫੜ ਲਈ, ਫੋਨ ਫੜ ਲਿਆ, ਹੁਣ ਮੇਰੇ ਕਰਮਾਂ ਚ ਕਿੱਥੇ ਪੜ੍ਹਾਈ, ਮੈਂ ਤਾਂ ਗੋਹੇ ਕੋੜੇ ਜੁਗਰੀ ਰਹਿ ਗਈ। ਹੁਣ ਨੀ ਮੈਨੂੰ ਇਹ ਪੜ੍ਹਨ ਦਿੰਦੇ ਹੈਗੇ ਗੇ, ਹੁਣ ਮੈਂ ਚਾਚੀ ਨੇ ਕੇ ਘਰੇ ਜਾ ਕੇ ਤੇ ਚਾਚੀ ਕਹਿਣਾ ਕਰਦੀ ਹੈਗੀ, ਆਪ ਗੇਟ ਲਾਈ ਦੇ। ਚਾਚੀ ਨੂੰ ਪੁੱਛਦੀ ਆ ਜਾ ਕੇ ਚਾਚੀ ਕੇ ਘਰੇ ਵੀ ਉੱਥੇ ਪੜੂ ਲਿਖੂਗੀ, ਹੁਣ ਚਾਚੀ ਦੀ ਨੂੰਹ ਹੈਗੀ ਆ ਉਹਦੇ ਕੋਲ ਪੜ੍ਹ ਲਿਆ ਕਰੂੰ ਜਾ ਕੇ, ਮੈਂ ਹੈਡ ਮਾਸਟਰ ਨੀ ਇਹਨੂੰ ਲੱਗ ਕੇ ਦਿਖਾਉਂਗੀ। ਮਾਸਟਰ ਦੀ ਨੂੰ ਕੀ ਪਤਾ ਲੱਗੂਗਾ ਵੀ ਮੈਂ ਮਾਸਟਰ ਨੀ ਲੱਗ ਗਈ, ਮੈਂ ਵੀ ਬਣੂਗੀ ਇਹਦੇ ਬਰੋਬਰ ਜੇ ਨਾ ਇਹ ਤੋਂ ਗੋਹਾ ਸਟਾਇਆ ਤਾਂ। ਕੋਈ ਨੀ ਵੇਖ ਲਈ ਹੁਣ। ਬਾਹਰ ਲੱਗਿਆ ਪਿਆ, ਬਾਹਰ ਅੰਦਰ ਕਮਰਿਆਂ ਦੇ ਵੀ ਡਰ ਰੱਖਿਆ, ਐਂ ਲੱਗਦਾ ਅੱਜ ਤਾਂ ਮੈਡਮ ਜਿਵੇਂ ਏਸੀ ਵਾਲੇ ਕਮਰੇ ਚ ਵੜ ਕੇ ਸੁੱਤੀ ਪਈ ਹੁੰਦੀ ਹੈ। ਅੱਜ ਕਿਹੜਾ ਕੋਈ ਕੰਮ ਆ ਇਹਨੂੰ, ਅੱਜ ਨਾ ਇਹਨੇ ਪੜ੍ਹਾਈ ਲਿਖਾਈ ਕਰਨੀ ਹੈ, ਨਾ ਇਹ ਮੈਨੂੰ ਅੱਜ ਚਾਚੇ ਕੇ ਗਈ, ਅੱਗੇ ਨੀ ਹੁੰਦਾ ਸੀ ਇਹਨੂੰ ਚਾਚੇ ਕਾ ਘਰ, ਤਾਂ ਅੱਜ ਕੱਲ ਨੂੰ ਨੀ ਮੈਂ ਇਹਨੂੰ ਚਾਚੇ ਕਾ ਘਰ। ਦੇਖ ਲਾ ਕੱਪੜੇ ਉਹ ਪਏ ਉਵੇਂ, ਜੇਕਰ ਕੋਈ ਕੱਪੜਾ ਨੀ ਲਾਇਆ ਤਾਰ ਤੋਂ, ਹੈਂ ਵੋ ਗੋਹੇ ਵਾਲਾ ਬੱਠਲ ਵੀ ਹੋ ਪਿਆ ਉੱਥੇ। ਉਹੀ ਗੱਲ ਹੋ ਗਈ ਜਿਹੜਾ ਕਹਿੰਦੀ ਸੀ ਅੱਗੇ, ਮੈਂ ਤਾਂ ਚੱਕਦੀ ਨੀ ਆ ਪਿਆ ਬੱਠਲ। ਕੋਈ ਗੱਲ ਨੀ, ਕਹੀ ਸੀ ਉਹਦੇ ਭਰਾ ਨੂੰ ਵੀ ਗੋਹੇ ਵਾਲੀ ਪੁੱਛ ਲਾ, ਗੋਹੇ ਵਾਲੀ ਕੋਲੇ ਹੁਣ ਮੈਂ ਵੀ ਨੀ ਜਾਂਦੀ ਗੋਹੇ ਬੰਨੀ। ਇਹਨਾਂ ਨੂੰ ਤਾਂ ਇਹ ਵੀ ਮੈਡਮ ਨੂੰ ਹੁਣ ਗੋਹਾ ਸਿੱਟਣ ਲਾ ਲਾਂਗੇ, ਮੈਨੂੰ ਤਾਂ ਗੋਹੇ ਚ ਵੀ ਮਾਰਦੇ ਆ ਸਮੈਲ, ਮੈਂ ਗੋਹੇ ਦੇ ਹੱਥ ਨਾ ਅੱਜ ਲਾਇਆ ਨਾ ਕੱਲ ਲਾਇਆ, ਨਾ ਮੈਂ ਕਦੇ ਇਹਦੇ ਪੇਕੀ ਲਾਇਆ ਸੀ ਤੇ ਨਾ ਹੀ ਮੈਂ ਲਾਵਾਂ। ਵੱਡੇ ਆ ਗਏ ਗੋਹਾ ਸਿੱਟਣ ਵਾਲੇ, ਕਮਰੇ ਚ ਤਾਂ ਕੋਈ ਨੀ, ਇੱਧਰ ਇਹਦਾ ਬਾੜ ਹੀ ਲੱਗਿਆ ਪਿਆ ਬਾਹਰੋਂ। ਕਮਰੇ ਚ ਪਹਿਲਾਂ ਕਿੱਥੋਂ ਜੋ ਕੁੰਡੇ ਲਾਇਆ ਪਏ, ਏਸੀ ਵਾਲੇ ਕਮਰੇ ਚ ਨੀ, ਆਹ ਕਮਰੇ ਚ ਨੀ, ਦੇਖ ਲਾ ਪੱਖਾ ਚੱਲੀ ਜਾਂਦਾ, ਲੈ ਲੈ ਕੋਈ ਉਹ ਨੀ ਪਰਵਾਹ ਨੀ ਲਾਈਟਾਂ ਦੀ, ਵੀ ਇਹਨੂੰ ਪੱਤੇ ਦੇ ਬਿੱਲ ਭਰਨੇ ਹੈਗੇ, ਹੈਂ ਜੇ ਤਾਂ ਕੋਈ 2 ਰੁਪਏ ਕਮਾਉਣੇ ਹੋਣ ਫਿਰ ਤਾਂ ਇਹਨਾਂ ਨੂੰ ਪਤਾ ਲੱਗੇ ਭੈਣ ਭਰਾਵਾਂ ਨੂੰ। ਉਹ ਗੱਲ ਭਰਾ ਉਹ ਖੇਤ ਰਿਹਾ ਫਿਰਦਾ ਚੱਕ ਕੇ ਕਸੀਆ, ਭੈਣੇ ਉਹ ਨੀ ਪਤਾ ਕਿਹਦੇ ਗਈ ਹੈ, ਕੀ ਪਤਾ ਹੁਣ ਚਾਚੇ ਦੇ ਗਈ ਹੈ ਕਿ ਤਾਏ ਦੇ ਗਈ ਹੈ, ਨਾ ਕਿਸੇ ਦੇ ਮਰਜ਼ੀ ਜਾਵੇ ਮੈਨੂੰ ਕੀ ਹੁਣ। ਫਿਰਦੀ ਰਹੇ ਗੱਲਾਂ ਕਰਦੀ, ਰਸੋਈ ਦਾ ਬਾਰ ਵੀ ਖੁੱਲਾ ਪਏ, ਕੋਈ ਐਨੀ ਬਾਰ ਲਾ ਕੇ ਜਾਵਾਂ, ਨਾ ਉਹਨੂੰ ਭਰਾ ਨੂੰ ਚੱਜਾ ਨਾ ਭੈਣ ਨੂੰ ਚੱਜਾ, ਦੋਨੇ ਇੱਕੋ ਹੀ ਹੈ, ਦੋਨਾਂ ਨੇ ਮੈਨੂੰ ਤਾਂ ਤਪਾ ਰੱਖਿਆਗਾ। ਹੁਣ ਕਮਰੀ ਨੇ ਪੱਖਾ ਬੰਦ ਕਰਤਾ ਅੰਦਰ ਆ ਕੇ, ਪੱਖਾ ਤਾਂ ਲਾਵਾਂ, ਹਾਏ ਕਿਹੜੇ ਮੈਨੂੰ ਕਿਸੇ ਨੇ ਪਾਣੀ ਫੜਾਉਣੇ ਆ, ਕਿਹੜੀਆਂ ਚਾਹਾਂ ਫੜਾਉਣੀਆਂ, ਇਹਨਾਂ ਨੇ ਪਾਗਲ ਕਰਤੀ। ਮੈਂ ਤਾਂ ਪਾਗਲ ਤਾਂ ਮੈਂ ਸੀ ਜਿਹੜੀ ਨੇ ਇਹਨਾਂ ਘਰ ਦੇਖ ਕੇ ਹਾਂ ਕਰਤੀ, ਉਹੀ ਗੱਲ ਕੀ ਇਹਨਾਂ ਦੀ ਹਵੇਲੀ ਸੀ, ਪੁਰਾਣਾ ਘਰ ਸੀ, ਪਾਗਲ ਆਪ ਸੀਗੇ ਦੋਨੇ ਭੈਣ ਭਰਾ, ਪਾਗਲ ਸੀ ਤਾਂ ਹੀ ਤਾਂ ਉਹੀ ਗੱਲ, ਕੋਈ ਇਹਨਾਂ ਨੇ ਦੇਖਿਆ ਨੀ ਅੱਗਾਂ ਨਾ ਪਿੱਛੇ ਜਰਕਦੇ ਨੇ, ਮਾਸਟਰ ਨੀ ਲੱਗੀ ਆ, ਮਾਸਟਰ ਨੀ ਲੱਗੀ ਹੈ, ਜਰਕਦੇ ਨੇ ਮੇਰੇ ਰਿਸ਼ਤੇ ਨੂੰ ਹਾਂ ਕਰਤੀ। ਉਹ ਤਾਂ ਮੇਰਾ ਮਾਂ ਪਿਓ ਹੀ ਸੀ ਜਿਹੜਾ ਸਾਰੀ ਪੁੱਛ ਪੜਤਾਲ ਕਰਕੇ ਗਿਆ ਸੀ, ਉਦੋਂ ਤਾਂ ਬਥੇਰੇ ਲੋਕ ਤਾਂ ਸਹਿਦਣਾ ਦਿੰਦੇ ਸੀ ਪਿੰਡ ਚ ਵੀ ਬਥੇਰੇ ਚੰਗੇ ਬੰਦੇ ਐ, ਚੰਗੇ ਬੰਦੇ ਤਾਂ ਹੈਗੇ, ਆਪ ਵੀ ਚੰਗਾ ਐ, ਮੈਨੂੰ ਕੁਛ ਕਹਿੰਦਾ ਵੀ ਨੀ ਹੈਗਾ, ਤੇ ਆ ਭੈਣ ਦਾ ਨੀ ਸੀ ਨਾ ਪਤਾ, ਕਿਸੇ ਨੂੰ ਕਿਹੜਾ ਪਤਾ ਸੀ
ਵੀ ਅਗਲਾ ਕਹਿੰਦਾ ਫੌਜੀ ਨੂੰ ਕੁੜੀ ਵਿਆਹੀ ਹੈ ਭਾਈ, ਐ ਨੀ ਪਤਾ ਅੱਜ ਜਾਂ ਸਵੇਰ ਫੌਜੀ ਨਾਲ ਲੈ ਜੇ। ਇਹ ਮੈਨੂੰ ਕੀ ਪਤਾ ਸੀ ਵੀ ਇੱਥੇ ਮੇਰੇ ਜੜਾਂ ਚ ਹੀ ਬਹਿ ਜੂਗੀ ਇਹ ਦੁਸ਼ਮਣ ਬਣ ਕੇ ਮੇਰੀ, ਇਹ ਪਤਾ ਨੀ ਕਿੱਦਾਂ ਜਾਊਗੀ ਕਿੱਦਾਂ ਨਾ। ਮੈਨੂੰ ਤਾਂ ਨੀ ਲੱਗਦਾ ਜਿਹੜੇ ਹਿਸਾਬ ਨਾਲ ਇੱਥੇ ਰਹਿ ਰਹੀ ਹੈ ਵੀ ਕਦੇ ਆਪਦੇ ਸਹੁਰੀ ਵੀ ਜਾਊਗੀ, ਇਹਨੇ ਕਦੀ ਨੀ ਜਾਣਾ, ਇਹਨੇ ਤਾਂ ਮੈਨੂੰ ਹੀ ਟਪਾਉਣਾ, ਮੇਰਾ ਲਹੂ ਪੀਣਾ। ਮੈਂ ਤਾਂ ਆਰਾਮ ਕਰਾਂ, ਮੈਂ ਤਾਂ ਅੱਕੀ ਪਈ ਹਾਂ, ਪਹਿਲਾਂ ਜਾ ਕੇ ਮੈਂ ਤਾਂ ਸੌਂ ਹੀ ਜਾਂਦੀ ਹਾਂ ਘੰਟਾ, ਫਿਰਦੇ ਰਹਿਣ ਜਿਹੜਾ ਕੁਛ ਕਰਨਾ। ਓਹੋ ਮੈਂ ਤਾਂ ਲੈ ਭੁੱਲੀ ਗਈ, ਕਿਤੇ ਮੈਂ ਉਹ ਤਾਂ ਨੀ ਕਿਤਾਬ ਤਾਂ ਨੀ ਲੈ ਗਈ ਕਿਤੇ, ਗਗਨ ਚੱਕ ਕਿਤੇ ਮੋਬਾਇਲ ਕਿਤੇ ਪੜ੍ਹਨ ਵੱਗ ਗਈ ਹੋਵੇ। ਮੈਂ ਤਾਂ ਗਲਤ ਫਹਿਮੀ ਚ ਫਿਰਦੀ ਹਾਂ, ਮੈਂ ਤਾਂ ਦੇਖੀ ਨੀ, ਮੈਂ ਤਾਂ ਗੌਰ ਹੀ ਨੀ ਕਰੀ, ਮੈਂ ਤਾਂ ਕੱਲ ਦੀ ਦੇਖੀ ਨੀ ਵੀ ਕਿਤਾਬ ਇੱਥੇ ਪਈ ਹੈ ਤੇ ਮੋਬਾਇਲ। ਮੈਂ ਕਿਹੜਾ ਲੋਕ ਲਾਇਆ ਉਹਨੂੰ, ਮੈਂ ਤਾਂ ਇਹ ਧਰਤੀ ਸੀ। ਸ਼ੁਕਰ ਹੈ ਕਿਤਾਬ ਵੀ ਆ ਪਈ ਹੈ, ਮੋਬਾਇਲ ਵੀ ਆ ਪਈ ਹੈ, ਇੱਥੇ ਰੱਖ ਦਿੰਦੀ ਇਹਨੂੰ, ਐਂ ਕਰਦੀ ਹਾਂ ਲੋਕ ਲਾ ਦਿੰਦੀ ਹਾਂ। ਜਿਹੜੀ ਚਾਬੀ ਇੱਧਰ ਪਈ ਹੈ ਕਿਤੇ, ਘੱਟ ਹੀ ਲਾਇਆ ਇਹਨੂੰ ਲੋਕ ਵੀ, ਲੱਗਦਾ ਨਹੀਂ ਖੁੱਲਦਾ, ਲੱਗ ਗਿਆ। ਕੀ ਕਰਾਂ, ਚਾਬੀ ਕਿੱਥੇ ਰੱਖਾਂ, ਚਾਬੀ ਚਾਬੀ ਤਾਂ ਇਹਦੇ ਪਰਸ 'ਚ ਹੀ ਪਾ ਲੈਂਦੀ ਹਾਂ, ਇਹਨਾਂ ਦਾ ਕੀ ਪਤਾ ਕਿਹੜੇ ਵੇਲੇ ਚਾਬੀ ਭਾਲ ਕੇ ਖੋਲ ਲੈਣ। ਉਹੀ ਗੱਲ, ਹਜੇ ਤੱਕ ਨਹੀਂ ਦੇਖ ਲਾ ਕੋਈ ਆਇਆ, ਨਾ ਭੈਣ ਤੇ ਨਾ ਭਰਾ ਕੋਈ, ਉਹਨਾਂ ਨੂੰ ਆਈ ਨੀ ਵੀ ਉਹ ਘਰੇ ਆ ਗਈ ਹੋਊਗੀ। ਅਸੀਂ ਜਾਈਏ, ਟਾਈਮ ਹੋਇਆ ਪਿਆ 2:30 ਹੋ ਗਏ, ਕੋਈ ਨਾ ਚਾਹ ਨਾ ਪਾਣੀ ਨਾ ਨਾ ਉਹ ਮੱਝਾਂ ਨੂੰ ਮਿਲਿਆ ਨੀਰਾ ਨੂਰਾ ਪਾਇਆ। ਨੀਰਾ ਨੂਰਾ ਤਾਂ ਭਾਈ ਮੇਥੋਂ ਕਿੱਥੇ ਪੈਂਦਾ, ਐਂ ਕਰਦੀ ਹਾਂ ਮੈਂ ਤਾਂ, ਅਰੇ ਪਾਣੀ ਦਾ ਗਲਾਸ ਪੀ ਆਉਂਦੀ ਉੱਠ ਕੇ, ਇੱਕ ਕੱਪ ਚਾਹ ਦਾ ਕਰ ਲੈਂਦੀ, ਮੇਰਾ ਤਾਂ ਸਿਰ ਦੁਖੀ ਜਾਂਦਾ ਸਵੇਰ ਦਾ, ਇਹੋ ਜਿਹਾ ਬੋਲੀ ਮੇਰੇ ਨਾਲ ਤਾਂ ਉਹ ਗੱਲ, ਮੇਰੇ ਤਾਂ ਉੱਥੇ ਵੀ ਸਿਰ ਦੁਖੀ ਗਿਆ, ਇੰਨਾ ਸਿਰ ਦੁਖਦਾ ਅੱਜ ਤਾਂ ਮੇਰਾ। ਜਾਂ ਐਂ ਕਰਦੀ ਹਾਂ ਅੱਧੀ ਗੋਲੀ ਲੈ ਲੈਂਦੀ ਹਾਂ, ਦਰਦਾਂ ਵਾਲੀ ਗੋਲੀ ਕਿੱਥੇ ਪਈ ਹੈ, ਦਰਦਾਂ ਵਾਲੀ ਗੋਲੀ ਤਾਂ ਬਾਹਰੇ ਪਈ ਹੈ, ਨਹੀਂ ਤਾਂ ਅੱਧੀ ਗੋਲੀ ਲਵਾਂ ਨਾਲੇ ਚਾਹ ਦੀ ਘੁੱਟ ਕਰ। ਚੱਲ ਵਧੀਆ ਹੋ ਗਿਆ, ਹੁਣ ਤਾਂ ਮੈਂ ਚਾਚੇ ਕੇ ਘਰੇ ਜਾ ਕੇ ਉੱਥੇ ਵਧੀਆ ਖਾ ਪੀ ਆਈ ਤੇ ਰੋਟੀ ਟੁੱਕ ਖਾਈ, ਨਾ ਜੀ ਲੱਗ ਗਿਆ। ਬੋ ਮੈਨੂੰ ਤਾਂ ਲੱਗਦਾ ਬਾਈ ਆ ਗਿਆ, ਜਿਹੜੀ ਗੱਲ ਦਾ ਡਰ ਸੀ ਉਹੀ ਹੋ ਗਿਆ। ਬਾਈ ਤਾਂ ਮੈਨੂੰ ਐਂ ਕਹਿ ਕੇ ਗਿਆ ਸੀ ਜਾਂਦਾ ਹੋਇਆ, ਕਹਿੰਦਾ ਮੈਂ ਤਾਂ ਲੇਟ ਆਊਂਗਾ ਤੇ ਤੂੰ ਹੀ ਡੰਗਰਾਂ ਨੂੰ ਪੱਠੇ ਪਾਉਣੇ ਆਗੇ। ਚੱਲ ਮੈਂ ਤਾਂ ਡਰਦੀ ਡਰਦੀ ਆ ਗਈ ਬਾਈ ਤੋਂ, ਚੱਲ ਪਾਈ ਦਿੰਨੀ ਆ, ਹੋਰ ਕੀ ਆ, ਜਾਂ ਭਲਾ 2 ਮਿੰਟ ਪਾਣੀ ਪੂਣੀ ਪੀਨੀ ਆ ਫੇਰ ਹੀ ਪਾ ਦੂੰਗੀ, ਹਜੇ ਕਿਹੜਾ ਬਾਈ ਆਈ ਜਾਂਦਾ ਹੈਗਾ। ਚੱਲ ਬਹਿ ਜਾਂਦੀ ਆ 2 ਮਿੰਟ ਆਰਾਮ ਕਰ ਲੈਂਦੀ ਆ ਉੱਥੇ। ਮਾਸਟਰਨੀ ਜੀ ਤੁਸੀਂ ਆ ਗਏ ਨਾ, ਮਾਸਟਰਨੀ ਜੀ ਹੋਰ ਹੁਣ ਸਕੂਲ ਚ ਬੈਠੀ ਹੈ, ਤੂੰ ਦੱਸ ਕਿੱਧਰੋਂ ਆਈ, ਆ ਜਾ। ਮੈਂ ਤਾਂ ਕਿੱਥੋਂ ਆਉਣਾ ਸੀ, ਮੈਂ ਤਾਂ ਉਹਦੀ ਸਹੇਲੀ ਦੇ ਘਰੇ ਗਈ ਸੀਗੀ, ਸਹੇਲੀ ਦੇ ਘਰੇ ਜਾ ਕੇ ਆਈ ਆ। ਕਿਹੜੀ ਸਹੇਲੀ, ਹੁਣ ਨਮਿਤਾ ਜੀ ਆ ਗਈ? ਲੈ ਮੇਰੇ ਤਾਂ ਹੁਣ ਇੱਥੇ ਪੇਕੇ ਆ, ਨੀਰੀਆਂ ਦੀ ਸਹੇਲੀਆਂ, ਤੂੰ ਕਿਹੜਾ ਹੁਣ ਜਾਂਦੀ ਨੀ ਆਉਂਦੀ ਸਹੇਲੀ ਕੋਲ, ਪੇਕੇ ਜਾਂਦੀ ਹੁੰਦੀ ਜਦੋਂ। ਮੈਂ ਕਿੱਦਾਂ ਗਈ ਆ ਬਈ ਪੇਕੇ, ਕਿੱਦਾਂ ਤੁਸੀਂ ਮੈਨੂੰ ਪੇਕੇ ਜਾਣ ਦਿੱਤਾ? ਮੈਂ ਤਾਂ ਤੈਨੂੰ ਕੈਪਟਨ ਕਿਵੇਂ ਜਾਣ ਦਿੱਤਾ, ਮੈਨੂੰ ਤਾਂ 4 ਛੁੱਟੀਆਂ ਮਿਲ ਗਈਆਂ ਸੀ, ਉਹ ਵੀ ਮੇਰੀਆਂ ਇੱਥੇ ਲੱਗ ਗਈਆਂ ਤੇਰੇ ਕਲੇਜ ਚ, ਤੇਰਾ ਭਰਾ ਕਹਿੰਦਾ ਮੇਰੀ ਭੈਣ ਨੇ ਮਾਸਟਰ ਨਹੀਂ ਮੰਨਣਾ, ਮੈਂ ਲੱਗ ਗਈ ਹੁਣ ਤਾਂ ਫਿਰ ਵੱਡੀ ਆ ਮਾਸਟਰ ਨਹੀਂ ਹੈ, ਤੂੰ ਮੈਨੂੰ ਮਿਹਣੇ ਮਾਰਿਆ ਕਰੇਂਗੀ, ਮਿਹਣੇ ਤਾਂ ਫਿਰ ਵੱਜਣਗੀ ਜੋ ਬਣਦੀ ਸੀ ਮਾਸਟਰ ਨਹੀਂ। ਆ ਹੁਣ ਚੰਗੇ ਪਾ ਕੇ ਧੋਤੇ ਲੀੜੇ ਤੁਰੀ ਫਿਰਿਆ ਕਰ ਗਲੀਆਂ ਚ, ਹੁਣ ਸਹੇਲੀਆਂ ਭਾਲ ਲੈ ਨਵੀਆਂ ਤਾਜ਼ੀਆਂ, ਕਰ 8-10 ਸਹੇਲੀਆਂ ਹੋਰ ਬਣਾ ਲੈ ਜੇ ਘੱਟ ਹੈ ਤੇਰੇ। ਕੋਈ ਨੀ, ਮੇਰੀਆਂ ਤਾਂ ਸਾਰੇ ਬਣ ਦੀਆਂ ਸਹੇਲੀਆਂ ਹੀ ਆ, ਤੈਨੂੰ ਕੀ ਦੁੱਖ ਹੈਗਾ, ਜਿਹਦੇ ਕੋਲ ਮਰਜ਼ੀ ਜਾਵਾਂ। ਭਰਾ ਕਿੱਥੇ ਇੱਧਰਾ? ਭਰਾ ਤਾਂ ਮੈਨੂੰ ਨੀ ਪਤਾ, ਭਰਾ ਕਿਹੜਾ ਦੱਸ ਕੇ ਗਿਆ, ਇਧਰੀ ਜਾਵੜੇ ਭਰਾ ਵੀ। ਅੱਛਾ ਭਰਾ ਵੀ ਇਧਰੀ ਜਾਵੜੇ ਤੇ ਤੂੰ ਵੀ ਇਧਰੀ ਜਾਵੜੀ, ਤੇ ਨਾਲੇ ਤਾਂ ਰਸੋਈ ਦਾ ਬਾਰ ਖੁੱਲਾ ਪਿਆ ਸੀ, ਤੇ ਨਾਲੇ ਉਹੀ ਗੱਲ ਗੇਟ ਭੇੜਿਆ ਹੋਇਆ ਸੀ, ਕੋਈ ਗੇਟ ਦਾ ਕੁੰਡਾ ਨੀ ਲੱਗਿਆ ਸੀ, ਇਧਰ ਨੂੰ ਤਾਂ ਛੋਟੇ ਬਾਰ ਟੱਪ ਜਾਂਦਾ ਸਾਰੇ ਜਾਣੇ ਗਈ ਸੀਗੀ, ਲੱਖ ਤੱਕ ਨੇ ਗੇਟ ਤਾਂ ਖੁੱਲਾ ਸੀ, ਗੇਟ ਤਾਂ ਅੰਦਰੋਂ ਲੱਗਿਆ ਨਹੀਂ ਸੀ, ਤੂੰ ਅੰਦਰੋਂ ਗੇਟ ਲਾ ਕੇ ਇਧਰ ਨੀ ਲੰਘ ਜਾ ਕਰ, ਮੈਨੂੰ ਪਤਾ ਹੀ ਹੈਗਾ ਨਾ ਤੂੰ ਘਰੇ ਨਹੀਂ ਖੜ ਸਕਦੀ, ਚਾਚੇ ਕੇ ਘਰ ਮੈਨੂੰ ਨਹੀਂ ਸਾਰ ਸਕਦੀ, ਮੈਨੂੰ ਪਤਾ ਕੋਈ ਤੇਰੀ ਸਹੇਲੀ ਨੀ,
ਕਿਸੇ ਕੋਲੇ ਤੂੰ ਹੋਰ ਜਾਣਾ ਨੀ, ਸਿਰਫ ਚਾਚੇ ਕੇ ਘਰੋਂ ਆਈ ਹੈ, ਜਾਈ ਜਾ ਬਈ, ਮੈਨੂੰ ਕੋਈ ਤੇਰੇ ਤੋਂ ਉਹ ਨੀ ਵੀ ਚਾਚੇ ਕੇ ਜਾਨੀ ਹੈ ਕਿ ਤਾਏ ਕੇ ਜਾਨੀ ਹੈ, ਜਿਹਦੇ ਤੇਰਾ ਚਿੱਤ ਮੰਨਦਾ ਉਹਦੇ ਜਾ, ਮੈਂ ਤੈਨੂੰ ਮੇਰੇ ਕੋਲ ਨਾ ਬਾਹਲੀ ਨਾ ਗੱਲਾਂ ਬਾਤਾਂ ਹੀ ਨਾ ਕਰਿਆ ਕਰ, ਤੂੰ ਮੈਨੂੰ ਸੁਣਾਈ ਨਾ ਕਰਿਆ ਕਰ, ਤੈਨੂੰ ਆਇਆ ਵੀ ਖੜੀ ਮੈਥੋਂ ਡਰਦੀ ਆ, ਮੈਂ ਨੀ ਡਰਦੀ ਡੁਰਦੀ ਤੇਥੋਂ, ਮੈਂ ਇਹ ਤਾਂ ਮੈਨੂੰ ਪਤਾ ਹੈ ਵੀ ਤੂੰ ਡਰਦੀ ਨੀ ਕਿਸੇ ਤੋਂ, ਨੀ ਡਰਦੀ ਤੂੰ, ਤੂੰ ਤਾਂ ਫੌਜੀ ਤੋਂ ਨੀ ਡਰੀ, ਸਾਡੇ ਤੋਂ ਤੂੰ ਕਿੱਥੇ ਡਰ ਜਾਏਂਗੀ, ਤੂੰ ਤਾਂ ਫੌਜੀ ਦਾ ਕਹਿਣਾ ਨੀ ਮੰਨਿਆ, ਫੌਜੀ ਨੇ ਤੈਨੂੰ ਕਹਿਤਾ ਸੀ ਨਾ ਬਾਈ ਨੇ ਵੀਰ ਜੀ ਕਹਿਣਾ ਸੀ, ਕਹਿਣਾ ਨਹੀਂ ਮੈਂ ਭੱਗ ਜਾ ਤੇ ਕਿ ਉੱਥੇ ਸਹੁਰੇ ਜਾ ਕੇ ਰਹਿ ਆਵਦੇ, ਆਪਦੀ ਕੋਠੀ ਸਾਂਭ ਲਾ, ਮਸਾਂ ਤਾਂ ਉਹਨੇ 2 ਰੁਪਏ ਇਕੱਠੇ ਕਰਕੇ 1000 ਰੁਪਏ ਜੋੜ ਕੇ ਬਾਈ ਨੇ ਕੋਠੀ ਪਾਈ ਆ, ਉਦੋਂ ਤੱਕ ਕਹਿੰਦੇ ਮੈਨੂੰ ਕੋਠੀ ਚਾਹੀਦੀ ਹੈ, ਜਦ ਤੈਨੂੰ ਕੋਠੀ ਪਾਤੀ ਹੁਣ ਤੂੰ ਕੋਠੀ ਸਾਂਭਦੀ ਨਹੀਂ, ਤੂੰ ਫੌਜੀ ਨੂੰ ਵੀ ਉਂਗਲਾਂ ਲਾਉਂਦੀ ਆ, ਦਹਾ ਉਹਨੂੰ ਵੀ ਫੋਨ ਕਰਦੀ ਹੈਗੀ, ਮੈਂ ਕਿੱਥੇ ਕਰਾਂ ਫੌਜੀ ਨੂੰ ਬਾਹਣ, ਮੈਂ ਸਾਰੇ ਪਾਸੇ ਪਰਤ ਮਾਰ, ਮੈਂ ਤਾਂ ਇੱਕ ਦਿਨ ਗਰਿਆ ਸੀ ਫੌਜੀ ਨੂੰ ਬਾਹਣ, ਉਦੋਂ ਸਾਰੀਆਂ ਗੱਲਾਂ ਹੋ ਗਈਆਂ ਸੀ ਮੇਰੀਆਂ, ਮੁੜ ਕੇ ਕੋਈ ਮੈਨੂੰ ਫੌਜੀ ਨੂੰ ਫੋਨ ਲਾਉਣ ਦੀ ਲੋੜ ਨਹੀਂ ਪੈਂਦੀ, ਜਿੱਦੇ ਕਿਤੇ ਮੈਨੂੰ ਲੋੜ ਪਈ, ਬਾਈ ਨੇ ਮੈਨੂੰ ਕਿਹਾ ਵੀ ਸੀ ਵੀ ਜੇ ਤੈਨੂੰ ਲੋੜ ਪੈਂਦੀ ਹੈ ਭਾਈ ਕਿਸੇ ਗੱਲ ਕਰਨ ਦੀ, ਮੈਨੂੰ ਕੁਝ ਦੱਸਣਾ ਤਾਂ ਮੈਨੂੰ ਕਦੋਂ ਮਰਜ਼ੀ ਫੋਨ ਕਰ ਸਕਦੀ ਹੈ, ਤੇਰੇ ਕੋਲ ਕਿੰਨਾ ਕਰਦਾ ਫੌਜੀ ਫੋਨ, ਰੋਜ਼ੀ ਗੱਲਾਂ ਕਰਦੀ ਹੈ ਫੌਜੀ ਨਾਲ, ਲੋਕਾਂ ਦੇ ਘਰੇ ਸਾਹਮਣੇ ਬਹਿ ਕੇ ਐਂਗਰਿਆ ਕਰ, ਅੰਦਰ ਬਹਿ ਕੇ ਕਮਰੇ 'ਚ ਫੌਜੀ ਨੂੰ ਫੋਨ ਲਾ ਲਿਆ ਕਰ, ਉਹਦਾ ਹਾਲ ਚਾਲ ਪੁੱਛ ਲਿਆ ਕਰ, ਇਹ ਵੀ ਤੂੰ ਹੀ ਹਟਾਇਆ, ਜਦੋਂ ਮਾੜੀ ਮਾੜੀ ਗੱਲ ਦੱਸੀ ਫੌਜੀ ਨੂੰ ਦੱਸੀ ਗਈ, ਮੈਂ ਤਾਂ ਕੁਝ ਦੱਸਿਆ ਹੀ ਨੀ ਵਿਚਾਰੇ ਨੂੰ, ਆਹ ਦੇਖ ਕੇ ਦੇਖ ਲਾ ਤੂੰ ਮੇਰੀ ਰੋਟੀ, ਉਹਦਾ ਨਾ ਉਹਦੀ ਤਾਂ ਡਿਊਟੀ, ਤੈਨੂੰ ਐਂ ਪਤਾ ਵੀ ਬਾਈ ਦੀ ਡਿਊਟੀ ਕਿੱਥੇ ਸੀ, ਬਾਈ ਦਾ ਤਾਂ ਫੋਨ ਲੱਗਣੋਂ ਹਟ ਗਿਆ ਸੀ, ਤੂੰ ਤਾਂ ਮੇਰੀ ਰੋਟੀ ਚ ਲੱਤ ਮਾਰਤੀ, ਨਹੀਂ ਹੈ ਮੈਂ ਮਾਸਟਰ ਨਹੀਂ ਲੱਗ ਜਾਣਾ ਸੀਗਾ, ਅੱਜ ਢਾਉਣ ਲੱਗ ਗਈ ਗੋਹੇ ਕੂੜੇ ਤੇਰੇ ਪੈਰੋਂ, ਗੋਹਾ ਸੁੱਟ ਕੇ ਤਾਂ ਤੂੰ ਬੜੇ ਰੰਗ ਲਾ ਗਈ, ਹੋ ਪੇ ਤੜਕੇ ਦਾ ਪੱਥਰ ਧਰਿਆ, ਮੈਂ ਤਾਂ ਚਾਹ ਸੀ ਤਾਂ ਮਿਲਿਆ ਪੁੱਛ ਨਹੀਂ ਗੋਹੇ ਵਾਲੀ, ਤੇਰੇ ਬਾਈ ਨੂੰ ਮੈਂ ਕਹਤਾ ਵੀ ਗੋਹੇ ਵਾਲੀ ਪੁੱਛਿਆ, ਸਾਡੀ ਇੱਕ ਮੈਂ ਸੀ ਉਹਦਾ ਗੋਹਾ ਸੁੱਟ ਦਿਆ ਕਰੂਗੀ, ਮੈਂ ਇਸ ਤੇ ਦੰਦ ਨਾ ਮਾਰ, ਮੈਂ ਤੈਨੂੰ ਸਾ ਦੁੱਧ ਪੀ ਲਿਆ ਕਰ ਰੱਜ ਕੇ, ਮੈਂ ਤਾਂ ਹੁਣ ਕੁਛ ਨਹੀਂ ਕਰਦੀ, ਨਾ ਮੈਂ ਗੋਹਾ ਸੁੱਟਾ, ਆਪਦਾ ਪੁੱਛੋ ਚਾਹੇ ਨਾ ਪੁੱਛੋ, ਮੇਰਾ ਕੋਈ ਕੋਈ ਗੱਲ ਨਹੀਂ, ਗੋਹੇ ਵਾਲੀ ਵੀ ਲਾ ਲਾਂਗੇ ਅਸੀਂ, ਕੰਮ ਵਾਲੀ ਵੀ ਲਾ ਲਾਂਗੇ, ਪੋਚਿਆਂ ਵਾਲੀ ਵੀ ਲਾ ਲਾਂਗੇ, ਫਿਰ ਸਾਰੇ ਕੰਮਾਂ ਲਈ ਲਾ ਲਾਂਗੇ, ਤੂੰ ਜਿੱਥੇ ਜਾਣਾ ਉੱਥੇ ਜਾ, ਜਮਾ ਬੋਲੀ ਫਿਰ, ਕੋਈ ਨੀ ਹੁਣ ਮੈਂ ਬੈਠੂ ਹੀ ਰਹੂੰਗੀ, ਮੈਂ ਫਿਰ ਜੇ ਕੋਈ ਕੁਝ ਕਰ ਨਹੀਂ, ਡੱਕਾ ਤੋੜਨੀ ਨੀ, ਚੁੱਪ ਕਰਕੇ ਇਹਦੇ ਸੌਰੀ ਮੰਗ ਜਾਣਾ, ਇੱਥੇ ਕੀ ਮੰਗਦਾ, ਮੇਰੇ ਕੀ ਪੇਕੇ ਹੈ ਨੀ ਇੱਥੇ, ਜਿਹੜੇ ਮੈਂ ਤੋਂ ਸੌਰੀ ਕਹਿੰਨੀ ਆਂਗੀ, 5 ਕਿੱਲਿਆਂ ਦੀ ਮਾਲਕ ਆ, 5 ਕਿੱਲਿਆਂ ਦੀ ਐਵੇਂ ਨਾ ਤੁਰੀ, ਮੇਰੀ ਮਾਲਕ ਆ, 5 ਕਿੱਲਿਆਂ ਦੀ, ਇੱਕ ਕੱਲੇ 5 ਕਿੱਲੇ ਸਿਰ ਤੇ ਚੱਕ ਲਿਆ ਕਰ, ਐ ਕਰ 5 ਕਿੱਲੇ ਲਈ ਜਾ, ਸਾਡੇ ਨਾਲ ਰਿਸ਼ਤਾ ਖਤਮ ਕਰ ਆਪਦਾ, ਜਾਂ ਤੁਰਦੀ ਲੱਗ ਲੈ ਕੇ 5 ਕਿੱਲੇ ਆਪਦੇ, ਐ ਨੀ ਮੈਂ ਨਿਕਲਦੀ ਹੈਗੀ, ਤੁਸੀਂ ਮੇਰੇ ਵੀਰੋ ਭੁੱਖੇ ਮਰ ਜਾਓਗੇ ਜੇ 5 ਕਿੱਲੇ ਲੈ ਗਈ, ਕਾਦੇ ਨਾਲ ਭੁੱਖੇ ਮਰ ਜਾਓਗੇ, 5 ਤਾਂ ਸਾਡੇ ਹੈਗੀ ਐ, ਜੇ ਤੂੰ 5 ਲੈ ਜਾਏਂਗੀ, ਨਾਲੇ ਐ ਕਰ ਫੌਜੀ ਨਾਲ ਗੱਲ ਕਰਕੇ ਦੇਖ ਨਾ, ਫੌਜੀ ਨੂੰ ਪੁੱਛ ਕੇ ਦੇਖ ਨਾ, ਫੌਜੀ ਤੈਨੂੰ 5 ਕਿੱਲਿਆਂ ਨੂੰ ਹਾਂ ਕਰਦਾ ਵੀ ਲੈ ਕੇ ਜਾਵਾਂਗੇ, ਕਿਹਾ ਤੈਨੂੰ ਕਦੇ ਫੌਜੀ ਨੇ ਵੀ 5 ਕਿੱਲੇ ਲਿਆ ਆਪਦੇ ਪੇਕਿਆਂ ਵਾਲੇ, ਜੇ ਮੈਂ ਕਹਿੰਦਾ ਇੱਕ ਦਿਨ ਜਿਹਨੂੰ ਫੋਨ ਲਾ ਕੇ ਕਹਿੰਦਾ ਨਾ ਵੀ 5 ਕਿੱਲੇ ਲੈਣੇ ਆ, ਉਹਦੀ ਹਾਂ ਕਰ ਦੂਗਾ, ਉਹ ਗੱਲਿਆ ਜਿਹੜਾ ਕਦੇ ਵੀ ਨਹੀਂ ਹਾਂ ਕਰਦਾ, ਉਹ ਤਾਂ ਭਲਾ ਮਾਨਸ ਹੈ, ਉਹ ਤਾਂ ਵਿਚਾਰਾ ਸ਼ਰੀਫ ਬੰਦਾ ਹੈ, ਉਹ ਤਾਂ ਇਹ ਗੱਲ ਤੇਰੇ ਨਾਲ ਵਿਆਹ ਕਰਵਾ ਕੇ ਫਸ ਗਿਆ, ਫਸ ਫੌਜੀ ਦਾ, ਮੇਰੇ ਨਾਲ ਤਾਂ ਫਸ ਗਿਆ, ਤੂੰ ਬਾਹਲੀ ਚਲਾਕ ਨਿਕਲੀ, ਤੂੰ ਮੇਰੇ ਭਰਾ ਨੂੰ ਮੋਮੋ ਠੱਗਣੀ ਬਣਾ ਕੇ ਠੱਗ ਲਿਆ, ਕੀ ਠੱਗ ਲਿਆ ਤੇਰੇ ਭਰਾ ਨੂੰ, ਤੇਰੇ ਭਰਾ ਦੀ ਕੋਈ ਜਾਇਦਾਦ ਠੱਗ ਕੇ ਲੈ ਗਈ, ਨੌਕਰੀ ਦੇਖ ਲਈ ਕੱਲੀ ਤੇਰੀ, ਤੈਨੂੰ ਆਏ ਤਾਂ ਨੀ ਦੇਖੀ ਵੀ ਅਕਲ ਹੈਗੀ ਹੈ ਕਿ ਨਾ ਹੈਗੀ, ਪੜੀ ਨਾ, ਅਕਲ ਤਾਂ ਤੂੰ ਦੇਖ ਲਾਂਦੀ, ਤੇਰੇ ਕੋਲ ਹੀ ਆ ਕੇ ਰਹਿਣ ਲੱਗੀ ਸੀ, ਉਹ ਤਾਂ ਤੂੰ ਬਾਹਲੀ ਸਿਆਣੀ ਬਣਦੀ ਸੀ, ਸਾਨੂੰ ਤਾਂ ਐਂ ਸੀ ਵੀ ਅਕਲ ਮੰਦ, ਤੈਨੂੰ ਅਕਲ ਹੈਗੀ ਹੈਗੀ, ਨਾ ਮੈਨੂੰ ਅਕਲ, ਮੈਨੂੰ ਤਾਂ ਹੁਣ ਵੀ ਅਕਲ, ਮੈਨੂੰ ਤਾਂ ਉਦੋਂ ਵੀ ਸੀਗੀ, ਜੇ ਅਕਲ ਸੀ ਫੇਰੀ ਕਿਰਾਏ ਤੇ ਰਹੀ ਸੀ ਆ ਕੇ, ਉਦੋਂ ਮੈਨੂੰ ਆਪਣਾ ਹੀ ਨਾ ਹੁੰਦੀ, ਫਿਰ ਮੈਂ ਮੰਮੀ ਤੂੰ ਮਿੱਠੀ ਮੇਵਣੀ ਸੀ, ਜਿਹੜੀ ਸਾਸੀ ਫਸ ਗਏ ਤੇਰੇ ਚ ਆ ਕੇ, ਕਹਿੰਦੀ ਆ ਕੇ ਸਾਨੂੰ ਤਾਂ ਲਾਈਟਾਂ ਬੰਦ ਕਰਦੀ ਸੀ ਪਿੰਡ ਦੀ ਬੁੜੀ, ਐਂ ਕਰਦੀ ਨਹੀਂ ਸੀ, ਮੇਰੇ ਨਾਲ ਲੜ ਪੈਂਦੀ ਸੀਗੀ, ਅਸਾਂ ਤਾਂ ਉਹ ਸੀਗੀ ਚੰਗੀ, ਤੂੰ ਚੰਗੀ ਕਿਹੜੇ ਪਾਸੋਂ ਸੀਗੀ, ਅੱਛਾ ਬੁੜੀ ਤੈਨੂੰ ਚੰਗੀ ਲੱਗਦੀ ਸੀ, ਜੇ ਮੇਰੀ ਬੁੜੀ ਚੰਗੀ ਲੱਗਦੀ ਸੀ ਜਾ ਕੇ ਬੁੜੀ ਨੂੰ ਪੁੱਛਿਆ ਨਹੀਂ ਨਾ, ਮੇਰੇ ਰਿਸ਼ਤੇ ਨੂੰ ਹਾਂ ਕਾਹਨੂੰ ਕਰੀ ਸੀ, ਉਹ ਤਾਂ ਮੂਹਰੇ ਹੋ ਕੇ ਤੇਰਾ ਭਰਾ ਕੰਮਾਂ ਕਰ ਰਿਹਾ ਸੀ, ਤੇ ਇਹੀ ਕਿਹਾ ਸੀ ਮੈਡਮ ਜੀ ਮੇਰੇ ਭਰਾ ਨਾਲ ਵਿਆਹ ਕਰਾ ਲਓ, ਅਕਲ ਤਾਂ ਤੇਰੀ ਮੋਦੀ ਪਰ ਕੇ ਪਤਾ ਸੀ, ਮੇਰਾ ਭਰਾ ਇੰਦਰਾ ਸੀ, ਮੈਂ ਵੀ ਸਿਧਰੀ ਸੀ, ਜਿਹੜੀ ਤੇਰੀ ਆ ਸਰਕਾਰੀ ਨੌਕਰੀ ਦੇ ਕੇ ਪਤਾ ਲੱਗ ਗਿਆ ਨਾ, ਆ ਗਈ ਨਾ ਅਸਲ ਲੈਣ ਤੇ, ਸਿਧਰੇ ਹੀ ਭੈਣ ਭਰਾ, ਉਹ ਤਾਂ ਹੈਗੀ, ਉਹ ਤਾਂ ਅੱਜ ਵੀ ਸਿਧਰੇ ਤਾਂ ਅੱਜ ਵੀ ਆ, ਤੁਸੀਂ ਤੁਰੇ ਨਹੀਂ ਸੀ, ਤੂੰ ਤਾਂ ਸਾਨੂੰ ਦੋਨਾਂ ਭੈਣ ਭਰਾ ਨੂੰ ਜਮਾ ਐ ਕਰਤਾ, ਜਮਾ ਪਾਗਲ ਬਣਾਤਾ, ਜਿਹੜੀ ਆ ਸਰਕਾਰੀ ਨੌਕਰੀ ਨੇ,
ਪਾਗਲ ਹੋਈ ਸੀ ਮੈਂ ਸਾਨੂੰ ਕੀ ਪਾਗਲ ਕਰਤਾ ਆਪ ਹੀ ਤਾਂ ਤੂੰ ਮੰਨੀ ਜਾਂਦੀ ਹੈ ਕਿ ਅਸੀਂ ਭੈਣ ਭਰਾ ਸਿੱਧਰੇ ਸੀ ਜਿਹੜੇ ਫਸ ਗਏ ਅਸੀਂ ਗੱਲ ਫੜ ਗਈਏ ਫਸੀ ਗਏ ਕੀ ਫਸ ਗਏ ਤੇਰਾ 20,000 ਦੇਖ ਕੇ ਤੇ ਫਿਰ ਨਾ ਫਸਦੇ ਉਦੋਂ ਤੁਸੀਂ 50,000 ਵਾਲੀ ਲੈ ਲੈਂਦੇ ਬਟ ਅਸੀਂ 20,000 ਵਾਲੀ ਲਵਾਂਦੇ ਸੀ ਭੈਣ ਭਰਾ 10 ਕਿੱਲਿਆਂ ਦਾ ਠੇਕਾ ਆਉਂਦਾ ਸੀਗਾ ਮੈਂ ਕਿਹਾ ਠੇਕਾ ਸਾਡਾ ਖੋਣ ਆਉਂਦੀ ਸੀ ਮੈਂ ਤਾਂ ਸਾਡੇ 2 ਦਿਨ ਕਿਰਾਏ ਤੇ ਰਹਿਣ ਆਈ ਸੀ ਮਹੀਨਾ ਰਹਿੰਦੀ 20 ਦਿਨ ਰਹਿੰਦੀ ਮੈਂ ਭਗ ਜਾ ਮੈਂ ਆਪਦੇ ਭਰਾ ਨੂੰ ਬਥੇਰਾ ਰੋਈ ਸੀ ਭਰਾਵਾ ਤੂੰ ਨੌਕਰੀ ਵਾਲੀ ਕੁੜੀ ਨਾ ਲੈ ਤੂੰ ਕੰਮ ਵਾਲੀ ਲੈ ਲੈ ਨਹੀਂ ਫਿਰ ਜੇ ਤੂੰ ਇੰਨੀ ਰਾਜੀ ਸੀ ਆਪਦੇ ਭਰਾ ਤੇ ਵੀ ਨੌਕਰੀ ਵਾਲੀ ਨਾ ਲੈ ਕੰਮ ਵਾਲੀ ਲੈ ਲਾ ਹਾਂ ਕਿਉਂ ਕਰੀ ਸੀ ਹਾਂ ਕਿਹਨੇ ਕਰੀ ਸੀ ਦੱਸ ਮਾਂ ਤਾਂ ਐਸੇ ਮੇਰੇ ਭਰਾ ਨੇ ਕਰੀ ਸੀ ਕਹਿੰਦਾ ਕਿ ਹੌਸ ਹੌਸ ਕਹਿੰਦਾ ਸੀ ਆਪਾਂ ਨੂੰ ਸਰਕਾਰੀ ਟੀਚਰ ਮਿਲ ਗਈ ਕਹਿੰਦਾ ਪੈਸੇ ਡਿੱਗਿਆ ਕਰਨਗੇ ਆ ਦੇਖ ਲੈ ਨਤੀਜੇ ਹੁਣ ਡਿੱਗਦੀ ਹੈ ਫਿਰ ਉਹਦੇ ਕੋਲੇ ਤਾਂ ਡਿੱਗਦੀ ਹੈ ਮੇਰੇ ਕਮਾਈ ਤੂੰ ਵੀ ਖਾਣੀ ਹੈ ਤੂੰ ਵੀ ਤੇਰੇ ਕੋਲ ਕੀ ਹੈ ਬਸ ਮੇਰੇ ਬੰਦੇ ਦੀ ਕਮਾਈ ਆਉਂਦੀ ਤੇਰੇ ਨਹੀਂ ਖਾਂਦੀ ਮੈਂ ਚੁੱਪ ਕਰਕੇ ਬਹਿ ਜਾ ਕਿੰਦੇ ਬਾਈ ਨੇ ਤੈਨੂੰ ਪੈਸੇ ਭੇਜੇ ਬਾਈ ਨੇ ਮੈਨੂੰ ਸਾਰਾ ਦੱਸਿਆ ਵੀ ਦੇਖ ਭੈਣੇ ਜਿਹੜੇ ਪਹਿਲਾਂ ਪੈਸੇ ਸੀਗੇ ਉਹਨਾਂ ਨੂੰ ਦੇਵਾਂ ਪਾਤੀ ਕੋਠੀ ਤੇ ਹੁਣ ਬਾਈ ਨੇ ਜ਼ਮੀਨ ਦਾ ਕਿੱਲਾ ਲੈ ਲਿਆ ਸੀ ਤੈਨੂੰ ਪੈਸੇ ਭੇਜੀ ਜਾਂਦਾ ਤਾਂ ਮੇਰੇ 5 ਕਿੱਲੇ ਨਾਲ ਮੇਰੇ 5 ਕਿੱਲੇ ਨੇ ਜਿਹੜਾ ਪੈਸੇ ਹੁੰਦਾ ਉਹ ਵੀ ਤੁਸੀਂ ਖਾਂਦੇ ਆ ਅਲੀ ਜਾ ਨਹੀਂ ਤੂੰ ਬੰਦੇ ਚੱਕ 5 ਕਿੱਲੇ ਚੱਕ ਲੈਣੀ ਹੈ ਜੇ 5 ਕਿੱਲੇ ਨਾਲ ਗੱਲ ਹੀ ਨਮੇੜ ਦੀ ਐ ਕਰ 5 ਕਿੱਲੇ ਨਾਲ ਦੇ ਰਖਾ ਲਾ ਆ ਹੁਣ ਆਈ ਪੀ ਕਣਕ ਵੱਢ ਰਹੇ ਨੇ 5 ਕਿੱਲੇ ਚ ਜਾ ਬੀਜ ਕੀ ਬੀਜ ਨੇ ਗਾਓ ਖੜੀ ਤੂੰ ਤਾਂ ਮੇਰੀ ਗੱਲ ਸੁਣ 5 ਕਿੱਲੇ ਦੇ ਬੀਜ ਖੜੀ ਹੋ ਨਾ ਮੈਂ ਬੀਜ ਵੀ ਲਾਂ ਹਾਂ ਬੀਜ ਲੱਭ ਨਹੀਂ ਦਿੰਦੀ ਪਰ ਮੈਂ ਚਾਚੇ ਕਹਿਣਾ ਤਾਂ ਬੀਜ ਹੀ ਲੈ 5 ਕਿੱਲੇ ਚ ਦੇਖੋ ਨੀ ਮੈਂ ਤੂੰ ਜਦੋਂ ਕਮਾਈ ਕਰਕੇ ਆਏਗੀ ਕਮਾਈ ਤਾਂ ਬਿਲਕੁਲ ਬੰਦੇ ਕਰਦੇ ਹੁੰਦੇ ਬੁੜੀਆਂ ਨਹੀਂ ਕਰਦੀਆਂ ਹੁੰਦੀਆਂ ਅੱਛਾ ਲੱਗ ਸਕਦੇ ਹੁੰਦੇ ਮੈਨੂੰ ਆ ਜਾ ਤੇਰੇ ਜਵੇ ਨਹੀਂ ਗਾਵਨ ਲੱਗ ਤੂੰ ਸਕਦੀ ਨਹੀਂ ਉਹ ਤਾਂ ਮੈਨੂੰ ਪਤਾ ਲੱਗ ਰਿਹਾ ਤੇਰੇ ਮਾਮਲਾ ਹੁਣ ਤੇਰੇ ਚ ਨਾ ਇਹ ਪੈਸਿਆਂ ਦਾ ਭੂਤ ਆਇਆ ਵਾ ਤੇਰੇ ਚ ਉਹ ਬੋਲਦਾ ਵਿੱਚ ਉਹ ਤੂੰ ਲਿਆ ਫਿਰ ਤੂੰ ਬਣ ਜਾਣਾ ਟੀਚਰ ਕਾਤੋਂ ਨਹੀਂ ਮੰਨਦੀ ਫਿਰ ਸਰਕਾਰੀ ਟੀਚਰ ਦਾ ਤੂੰ ਮਾਣ ਕਰਦੀ ਹੈਗੀ ਹੁਣ ਮੈਂ ਤਾਂ ਕਰਦੀ ਆ ਗਗਨ ਐ ਕਰ ਤੂੰ ਲੱਗ ਜਾ ਤੂੰ ਕਰ ਲੈ ਜਿਹੜੀ ਗੱਲ ਦਾ ਤੈਨੂੰ ਮੈਂ ਕਿਹਾ ਸੀ ਨਾ ਉਦੋਂ ਜਾਂਦੀ ਹੋਈ ਨੂੰ ਹੁਣ ਮੈਂ ਤੈਨੂੰ ਸਰਕਾਰੀ ਟੀਚਰ ਲੱਗ ਕੇ ਦਿਖਾਉਂਗੀ ਲੱਭ ਕਰ ਲੈ ਜੇ ਨਾ ਤੈਨੂੰ ਗੋਹਾ ਕੂੜਾ ਛੱਡਿਆ ਲੱਗੇਗੀ ਕਾਹਦੇ ਸਿਰ ਤੇ ਤੇਰੀ ਕਿਤਾਬ ਤੇ ਤੇਰਾ ਮੋਬਾਈਲ ਤਾਂ ਉਹ ਪੈਂਦਾ ਡਾਈ ਇਹ ਤੈਨੂੰ ਦੇਣਾ ਉਹਦੇ ਜਿੱਦਣ ਆਊਗਾ ਉਦੋਂ ਹੀ ਪਤਾ ਲੱਗੂਗਾ ਵੀ ਕੀ ਮੇਰਾ ਕੋਈ ਨਹੀਂ ਲੱਗ ਜੂ ਦਿਨਾਂ ਦਾ ਪਤਾ ਤੇ ਕਰ ਜਿਹੜਾ ਕੁਝ ਕਰਦੀ ਮੇਰਾ ਨਾਮ ਦਿਮਾਗ ਖਾ ਮੈਂ ਤੈਨੂੰ ਦੱਸਾਂ ਦਿਮਾਗ ਤਾਂ ਤੂੰ ਮੇਰਾ ਖਾਨੀ ਆ ਵਿਹਲੜ ਕਿਸੇ ਥਾਂ ਦੀ ਵਿਹਲੜ ਤਾਂ ਤੂੰ ਆਂਗੀ ਵੱਡੀ ਬਣੀ ਫਿਰਦੀ ਆ ਅਕਾਰੀ ਵੀ ਹੁਣ ਦੇਖ ਲੈ ਸਰਕਾਰੀ ਟੀਚਰ ਦਾ ਮਾਣ ਕਰਦੀ ਫਿਰਦੀ ਕੋਈ ਨਹੀਂ ਤੈਨੂੰ ਪਤਾ ਤਾਂ ਲੱਗੂਗਾ ਜਦੋਂ ਬਰੋਬਰ ਤੇਰੇ ਪਰਸ ਪਾਇਆ ਸਰਕਾਰੀ ਟੀਚਰ ਲੱਗੀ ਮੈਂ ਵੀ ਜੇ ਨਾ ਗੋਹਾ ਤੇ ਇੱਥੋਂ ਛਟਾਇਆ ਮੇਰਾ ਨਾਂ ਵੀ ਗਗਨ ਨੀਗਾ ਬੱਖਰੀ ਸੋ ਚੈਨਲ ਦੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੋ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਇਹਦਾ ਅਗਲਾ ਐਪੀਸੋਡ ਜ਼ਰੂਰ ਦੇਖਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੱਖਰੀ ਸੋ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਅਸੀਂ ਨਾਮ ਬੋਲਣ ਜਾ ਰਹੇ ਹਾਂ ਗੁਰੂ ਕੀ ਬਾਣੀ ਚੈਨਲ ਬਲਵਿੰਦਰ ਸਿੰਘ ਚਾਨਾ ਵੀਰਪਾਲ ਕੌਰ ਚਾਨਾ ਰਾਮਗੜੀਆ ਰਤੀਆ ਹਰਿਆਣਾ ਇੰਦਰਜੀਤ ਸਿੰਘ ਥਰਾਜ ਮੋਗਾ ਕੈਨੇਡੀਅਨ ਡਾਕਟਰ ਰਣਜੀਤ ਸਿੰਘ ਖੰਗੂੜਾ ਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਕਰਮਜੀਤ ਕੌਰ ਸ਼ੇਰਗਿੱਲ ਬਲਵੰਤ ਸਿੰਘ ਸ਼ੇਰਗਿੱਲ ਜਗਤਾਰ ਸਿੰਘ ਸ਼ੇਰਗਿੱਲ ਸਿੱਧਵਾਂ ਬੇਟ ਜਗਰਾਓਂ ਪ੍ਰੋਫੈਸਰ ਹਬੀਬ ਚੌਧਰੀ ਲੰਡਨ ਯੂਕੇ ਹੈਪੀ ਜੋਸ਼ੀ ਆਇਸ਼ਾ ਭੁੱਲਰ ਅਮੈਸ਼ਾ ਭੁੱਲਰ ਜੁਗਰਾਜ ਭੁੱਲਰ ਪੱਪੇ ਸ਼ਾਹ ਜੀ ਡੋਗਰ ਸਿੰਘ ਜਸਪਾਲ ਕੌਰ ਭੁੱਲਰ ਕਰਮਜੀਤ ਕੌਰ ਦਰਸ਼ਨ ਸਿੰਘ ਨਵੀਂ ਮੰਡੀ ਗੜਸਾਣਾ ਰਵਿੰਦਰ ਕੌਰ ਗੜਸਾਣਾ ਮੰਡੀ ਬਲਜਿੰਦਰ ਸਿੰਘ ਸੁਭਜੀਤ ਸਿੰਘ ਬਾਲੀਆ ਦਰਸ਼ਨ ਸਿੰਘ ਭਗਵਾਨ ਦਾਸ ਲੁਧਿਆਣਾ
ਜੀਤ ਕੌਰ ਤੀਮਾਨ ਬਠਿੰਡਾ, ਦਰਸ਼ਨ ਸਿੰਘ ਸ੍ਰੀ ਮੁਕਤਸਰ ਸਾਹਿਬ ਜੀ, ਹਰਵਿੰਦਰ ਕੌਰ ਰਾਣਾ ਮੰਡੀ ਜਲੰਧਰ, ਦੀਪ ਇੰਦਰ ਸਿਮਰਨਪ੍ਰੀਤ ਕੌਰ ਫੱਲੇਵਾਲ, ਅਮਰ ਸਿੰਘ ਪਟਿਆਲਾ, ਅਨੀਤਾ ਰਾਣੀ, ਨਵੀਨ ਸਤੀਜਾ, ਵਿਸ਼ਵਜੀਤ ਸਿੰਘ, ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੜ, ਗੁਰਮੁਖ ਸਿੰਘ। ਜਿਨ੍ਹਾਂ ਵੀਰਾਂ ਅਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਹੈ, ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਵੀਰਾਂ ਅਤੇ ਭੈਣਾਂ ਦੇ ਨਾਮ ਬੋਲਣ ਨਹੀਂ ਉਹ ਰਹਿ ਗਏ, ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ। ਸਾਨੂੰ ਕਮੈਂਟ ਕਰਨ ਲਈ, ਸਾਨੂੰ ਸੁਝਾਓ ਦੇਣ ਲਈ, ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।